तो आलू भी लेना जैसे दाने। वाहेगुरु जी का खालसा, वाहेगुरु जी की फतेह। अब अज कौन दे दर्शक प्रोग्राम पक्ष दे मते विच जी आखदे आ, बहुत लंबे समय तो बाद अज द्वारा पंथ दी महान शख्सियत जथेदार बलजीत सिंह जी दादूवाल प्रधान हरियाणा गुरुद्वारा प्रबंधक कमेटी साडे नाल हाजिर आ। ते अज आपां गलबात करांगे जो किसानां दा संघर्ष चल रहा ओहदे विच जिहड़े रोज नवे मुद्दे आ रहे आ, नवे नवे मसले हो रहे आ, उन्हां दा की एक्सपीरियंस आ, किवें उह इहदे बारे अपने विचार देना चाहुंदे, ते होर जिहड़ियां उन्हां दीआं गतिविधियां चल रहीआं उहदे बारे भी गलबात करांगे। सब तो पहलां जी आया आखदे आ, वाहिगुरू जी का खालसा वाहिगुरू जी की फतेह। जी जयदार जी, वाहिगुरू जी का खालसा वाहिगुरू जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਰਘਵੀਰ ਸਿੰਘ ਜੀ, ਤੁਹਾਨੂੰ ਤੇ ਸਾਰੀਆਂ ਸੰਗਤਾਂ ਨੂੰ, ਸਾਰੇ ਸਰੋਤਿਆਂ ਨੂੰ। ਹਾਂਜੀ ਜਹਿਦਾ ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਲੰਮੇ ਸਮਾਂ ਬਾਅਦ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ। ਤੁਹਾਡੀਆਂ ਜਿਹੜੀਆਂ ਇੱਥੋਂ ਦੀਆਂ ਧਾਰਮਿਕ ਗਤੀਵਿਧੀਆਂ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਦੋਂ ਦੇ ਪ੍ਰਧਾਨ ਬਣੇ ਆ, ਬਹੁਤ ਪ੍ਰੋਗਰਾਮ ਅਸੀਂ ਦੇਖਦੇ ਹਾਂ, ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਕੀ ਗਤੀਵਿਧੀਆਂ ਚੱਲ ਰਹੀਆਂ ਨੇ? ਦੇਖੋ, ਤਕਰੀਬਨ ਅੱਜ ਕੱਲ੍ਹ ਜਿਵੇਂ ਸੋਸ਼ਲ ਮੀਡੀਆ ਦੇ ਉੱਤੇ ਸਾਰੀਆਂ ਗਤੀਵਿਧੀਆਂ ਜਿਹੜੀਆਂ ਸੰਗਤਾਂ ਤੱਕ ਪਹੁੰਚਦੀਆਂ ਰਹਿੰਦੀਆਂ ਨੇ, ਜੋ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜੋ ਵੀ ਧਾਰਮਿਕ ਸਰਗਰਮੀਆਂ ਚੱਲ ਰਹੀਆਂ ਨੇ, ਇਸ ਦੇ ਨਾਲ ਹੀ ਜੋ ਸਾਡੀਆਂ ਪਹਿਲਾਂ ਤੋਂ ਸਰਗਰਮੀਆਂ ਚੱਲਦੀਆਂ, ਔਰ ਆਪਣੇ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾਦੂ ਸਾਹਿਬ ਜੋ ਡਿਸਟ੍ਰਿਕਟ ਸਿਰਸਾ ਹਰਿਆਣਾ ਚ ਸਥਿਤ ਆ, ਔਰ ਜਿੱਥੇ ਤਕਰੀਬਨ ਪਿਛਲੇ 25 ਸਾਲ ਤੋਂ ਸਾਡੀਆਂ ਜਿਹੜੀਆਂ ਧਾਰਮਿਕ ਸਰਗਰਮੀਆਂ ਚੱਲਦੀਆਂ, ਔਰ ਜਿੱਥੋਂ ਮੈਂ ਪੂਰੇ ਸੰਸਾਰ ਦੇ ਵਿੱਚ ਧਾਰਮਿਕ ਸਰਗਰਮੀਆਂ ਲਈ ਗਿਆ, ਇੱਥੇ ਵੀ ਹੁਣ ਸਮਾਗਮ ਅੱਜ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਆ, ਤੇ ਪਰਸੋਂ ਨੂੰ ਭੋਗ ਪਾਏ ਜਾਣੇ ਆ, ਔਰ ਮਹਾਨ ਨਗਰ ਕੀਰਤਨ ਹੋਣਾ, ਉਸ ਤੋਂ ਬਾਅਦ 21 ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਆਨੰਦ ਕਾਰਜ ਰੱਖੇ, ਜਿਹੜੇ ਹਰ ਸਾਲ ਆਪਾਂ ਫਰਵਰੀ ਦੇ ਮਹੀਨੇ ਵਿੱਚ ਕਰਦੇ ਹਾਂ, ਤੇ ਇਸ ਵਾਰ ਇਹ ਜਿਹੜਾ ਸਮਾਗਮ ਆ, ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ 400 ਸਾਲਾ ਪ੍ਰਕਾਸ਼ ਸ਼ਤਾਬਦੀ ਨੂੰ ਸਮਰਪਿਤ ਰੱਖਿਆ ਗਿਆ, ਜਿਹਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ, ਔਰ ਇਹ 20 ਔਰ 21 ਤਰੀਕ ਦਾ ਜਿਹੜਾ ਮੁੱਖ ਸਮਾਗਮ ਆ, ਸੋ ਇਸ ਸਮਾਗਮ ਦੀਆਂ ਤਿਆਰੀਆਂ ਦੇ ਵਿੱਚ ਹੀ ਰੁੱਝੇ ਹੋਏ ਸੀਗੇ। ਹੁਣ ਜਿਹੜਾ ਬਿਲਕੁਲ ਸ਼ਾਰਟਲੀ ਪ੍ਰੋਗਰਾਮ ਆ, ਜਿਹੜਾ ਇਸ ਤੋਂ ਬਾਅਦ ਜਿਵੇਂ ਤੁਹਾਨੂੰ ਪਤਾ ਹੀ ਆ, 2009 ਦੇ ਵਿੱਚ ਮੋਰਚਾ ਲੱਗਾ ਸੀ ਪਿੰਡ ਚਾਂਦਪੁਰਾ ਦੇ ਵਿੱਚ, ਤਾਂ ਉੱਥੇ ਹਰ ਸਾਲ ਸਮਾਗਮ ਹੁੰਦੇ 1, 2, 3 ਮਾਰਚ ਦੇ, ਜੋ ਵੱਡੀ ਪੱਧਰ ਤੇ ਤਕਰੀਬਨ ਉਸ ਵੇਲੇ ਤੋਂ ਹੀ ਲਗਾਤਾਰ ਹਰ ਸਾਲ ਹੁੰਦੇ ਆ, ਉਹਨਾਂ ਦੀਆਂ ਵੀ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਨੇ, ਜਿੱਥੇ ਧਾਰਮਿਕ ਦੀਵਾਨ ਅੰਮ੍ਰਿਤ ਸੰਚਾਰ ਉੱਥੇ ਨਾਲੋ ਨਾਲ ਹੀ ਸਮਾਜ ਸੇਵਾ ਦੇ ਜਿਹੜੇ ਕਾਰਜ ਆ, ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਆਨੰਦ ਕਾਰਜ, ਸੋ ਇਹ ਸਰਗਰਮੀਆਂ ਜਿਹੜੀਆਂ ਨੇ ਲਗਾਤਾਰ ਚੱਲ ਰਹੀਆਂ ਨੇ। ਜਹਿਦਰ ਜੀ, ਜਿਹੜਾ ਤੁਸੀਂ ਵਿਆਹਾਂ ਦੀ ਗੱਲ ਕੀਤੀ ਹੈ, ਕਾਫੀ ਲੰਮੇ ਸਮੇਂ ਤੋਂ ਤੁਸੀਂ ਇਹ ਮਤਲਬ ਜਿਹੜੇ ਗਰੀਬ ਬੱਚੀਆਂ ਦੇ ਆਨੰਦ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਕਰਦੇ ਆ ਰਹੇ ਹੋ, ਤੇ ਜਿਹੜੇ ਇਸ ਵਾਰ ਵੀ ਹੋ ਰਹੇ ਆ, ਤੇ ਇਹਦੇ ਵਿੱਚ ਮੈਂ ਜਿੱਦਾਂ ਤੁਹਾਡਾ ਜਿਹੜਾ ਪੋਸਟਰ ਉਹ ਵੀ ਦੇਖਿਆ ਕਿ ਜਿਹੜੇ ਮਤਲਬ ਦੁਬਈ ਦੇ ਵੱਡੇ ਬਿਜ਼ਨਸਮੈਨ ਆ ਉਹ ਵੀ, ਤੇ ਹੋਰ ਵੀ 5-6 ਸ਼ਖਸੀਅਤ ਪਹੁੰਚ ਰਹੀਆਂ, ਇਹ ਤੁਸੀਂ ਚੋਣ ਕਿੱਦਾਂ ਕਰਦੇ ਆ ਜਿਹੜੀਆਂ ਲੜਕੀਆਂ ਦੇ ਵਿਆਹ ਕਰਦੇ? ਦੇਖੋ, ਜਦੋਂ ਪਹਿਲੇ ਸਾਲ ਅਸੀਂ ਪ੍ਰੋਗਰਾਮ ਕੀਤਾ ਸੀਗਾ, ਉਸ ਵੇਲੇ ਸਾਨੂੰ ਸੰਗਤਾਂ ਨੂੰ ਦੱਸਣਾ ਪਿਆ, ਹੁਣ ਤਕਰੀਬਨ ਸਾਰਿਆਂ ਨੂੰ ਪਤਾ ਕਿ ਇੱਥੇ ਹਰ ਸਾਲ ਇਹ ਜਿਹੜਾ ਪ੍ਰੋਗਰਾਮ ਹੁੰਦਾ ਵਾ, ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਆਨੰਦ ਕਾਰਜ ਕੀਤੇ ਜਾਂਦੇ ਆ, ਤਾਂ ਹੁਣ ਉਹ ਪਰਿਵਾਰ ਸਾਡੇ ਪਹੁੰਚਦੇ, ਜਿਹੜੇ ਲੋੜਵੰਦ ਸਿੰਗੀ ਲਗਾਏ, ਉਹ ਉਹਨਾਂ ਨੂੰ ਫਾਰਮ ਦਿੰਦੇ ਆ, ਇੱਕ ਫਾਰਮ, ਔਰ ਉਹ ਜਿਹੜਾ ਫਾਰਮ ਬਕਾਇਦਾ ਪਿੰਡ ਦੀ ਪੰਚਾਇਤ ਵੱਲੋਂ ਰਿਕਮੈਂਡ ਹੁੰਦਾ, ਤੇ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਉਹ ਨਾਲ ਸੱਜਣ ਉਹਨਾਂ ਦੇ ਆਉਂਦੇ ਆ, ਬਕਾਇਦਾ ਉਹ ਰਿਕਮੈਂਡ ਕਰਦੇ ਆ ਕਿ ਵਾਕਿਆ ਹੀ ਇਹ ਲੋੜਵੰਦ ਪਰਿਵਾਰ ਆ, ਵੀ ਇਹਨਾਂ ਚ ਕੋਈ ਰੁਜ਼ਗਾਰ ਦਾ ਸਾਧਨ ਨਹੀਂ ਆ, ਜਾਂ ਮਾਂ ਬਾਪ, ਬਹੁਤ ਬੱਚੇ ਐਸੇ ਆ ਜਿਨ੍ਹਾਂ ਦੇ ਮਾਂ ਬਾਪ ਨਹੀਂ ਹੁੰਦੇ, ਤੇ ਉਹ ਨਾਨਕੇ ਪਰਿਵਾਰ ਵਾਲੇ ਬੱਚੀਆਂ ਨੂੰ ਪਾਲਦੇ ਆ, ਸੋ ਇਸ ਤਰ੍ਹਾਂ ਪੂਰੀ ਛਾਣਬੀਣ ਤੋਂ ਬਾਅਦ ਉਹ ਜਿਹੜਾ ਹੈਗਾ, ਕਿਉਂਕਿ ਜਿੰਨੇ ਪਰਿਵਾਰ ਪਹੁੰਚਦੇ ਆ ਉਹਨਾਂ ਚੋਂ ਛਾਣਬੀਣ ਕਰਕੇ ਜਿਹੜੀ ਉਸ ਪਿੰਡ ਦੀ ਨਗਰ ਪੰਚਾਇਤ ਆ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਬਕਾਇਦਾ ਰਿਕਮੈਂਡ ਕਰਦੀ ਆ, ਤਾਂ ਫੇਰ ਇਹ ਜਿਹੜੀਆਂ ਬੱਚੀਆਂ ਨੇ ਇਹਨਾਂ ਨੂੰ ਸਿਲੈਕਟ ਕੀਤਾ ਜਾਂਦਾ, ਤੇ ਇਹਨਾਂ ਨੂੰ ਪੂਰਾ ਘਰ ਦਾ ਵਰਤੋਂ ਵਿਹਾਰ ਦਾ ਸਾਜੋ ਸਮਾਨ ਦੇ ਕੇ ਵਿਦਾ ਕੀਤਾ ਜਾਂਦਾ, ਔਰ ਇਹ ਸਾਡਾ ਕੇਵਲ ਉਪਰਾਲਾ ਹੀ ਹੈ, ਕਾਰਜ ਸਾਰਾ ਸੰਗਤਾਂ ਦਾ ਹੀ ਹੈ।
ਸੰਗਤ ਵਾਲੀਆਂ ਸਾਡੇ ਸੰਪਰਕ ਦੇ ਵਿੱਚ ਆ, ਉਹ ਆਪਣੀ ਖੁਸ਼ੀ ਦੇ ਨਾਲ ਇਹਨਾਂ ਸਭਾਵਾਂ 'ਚ ਹਿੱਸਾ ਪਾਉਂਦੀਆਂ ਨੇ ਤੇ ਫਿਰ ਇਸ ਤਰੀਕੇ ਦੇ ਨਾਲ ਇਹ ਜਿਹੜੇ ਆਨੰਦ ਕਾਰਜ ਦੇ ਪ੍ਰੋਗਰਾਮ ਬੜੀ ਚੜ੍ਹਦੀ ਕਲਾ ਦੇ ਨਾਲ ਬਹੁਤ ਭਾਰੀ ਇਕੱਤਰਤਾ ਹੁੰਦੀ ਆ ਉਸ ਦਿਨ ਪੂਰੇ। ਹੁਣ ਵੀ ਜਿਹੜੀਆਂ ਇਸ ਵਾਰ 21 ਬੱਚੀਆਂ ਨੇ ਇਹ ਕੁਝ ਹਰਿਆਣਾ ਦੇ ਵਿੱਚੋਂ ਆ, ਕੁਝ ਪੰਜਾਬ ਦੇ ਵਿੱਚੋਂ ਤੇ ਕੁਝ ਰਾਜਸਥਾਨ ਦੇ ਵਿੱਚੋਂ ਵੀ ਆ, ਤਿੰਨ ਸਟੇਟਾਂ ਦੇ ਵਿੱਚੋਂ ਇਹ ਜਿਹੜੀਆਂ ਬੱਚੀਆਂ ਨੇ ਉਹਨਾਂ ਦੀਆਂ ਤਕਰੀਬਨ 21 ਤਰੀਕ ਨੂੰ ਜਿਹੜੀਆਂ 21 ਬਰਾਤਾਂ ਆਉਣੀਆਂ ਨੇ ਤੇ ਫਿਰ ਇੱਥੇ ਉਹਨਾਂ ਦੇ ਆਨੰਦ ਕਾਰਜ ਜਿਹੜੇ ਪਹਿਲਾਂ ਕਥਾ ਕੀਰਤਨ ਦਰਬਾਰ ਵੀ ਹੋਊਗਾ ਤੇ ਫਿਰ ਉਹਨਾਂ ਦੇ ਆਨੰਦ ਕਾਰਜ ਕਰਕੇ ਉਹਨਾਂ ਨੂੰ ਵਿਦਾ ਕੀਤਾ ਜਾਊਗਾ। ਹਾਂਜੀ ਜਹੇਦਾਰ ਜੀ, ਜਿੱਦਾਂ ਤੁਸੀਂ ਪਹਿਲਾਂ ਜ਼ਿਕਰ ਵੀ ਕੀਤਾ, ਧੰਨ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ 400 ਸਾਲਾ ਸ਼ਤਾਬਦੀ ਮਨਾਈ ਜਾ ਰਹੀ ਹੈ, ਉਹਦੇ ਵੀ ਜਿੱਦਾਂ ਤੁਹਾਡੇ ਜਿਹੜਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਦੇ ਕੀ ਪ੍ਰੋਗਰਾਮ ਹੈ? ਹਾਂ, ਉਸ ਦੇ ਵੱਲੋਂ ਅਸੀਂ 2 ਤਰੀਕ ਨੂੰ ਪਹਿਲਾਂ ਦਾ ਪ੍ਰੋਗਰਾਮ ਕਰਕੇ ਹਟੇ ਹਾਂ ਉਸ ਸ਼ਤਾਬਦੀ ਨੂੰ ਸਮਰਪਿਤ। 2 ਫਰਵਰੀ ਨੂੰ ਸਾਡਾ ਗੁਰਦੁਆਰਾ ਡਿਉੜੀ ਸਾਹਿਬ ਜੋ ਕੁਰਕਸ਼ੇਤਰ ਦੇ ਵਿੱਚ ਹੈ ਉੱਥੇ ਸਮਾਗਮ ਸੀਗੇ। ਹੁਣ ਸਾਡੀ ਐਗਜ਼ੈਕਟਿਵ ਦੀ ਮੀਟਿੰਗ ਜਿਹੜੀ ਆ ਉਹ 6 ਮਾਰਚ ਨੂੰ ਆ ਰਹੀ ਆ। ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਜਿਹੜੀ ਸਾਡੀ ਐਗਜ਼ੈਕਟਿਵ ਦੀ ਮੀਟਿੰਗ ਹੁੰਦੀ ਆ ਉਹਦੇ ਵਿੱਚ ਪ੍ਰੋਗਰਾਮ ਲਿਖੇ ਜਾਂਦੇ ਆ ਤੇ ਇਸ ਵਾਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਿਹੜਾ ਪ੍ਰੋਗਰਾਮ ਉਲੀਕੇ ਜਾਣੇ ਆ ਉਹਨਾਂ ਦੀ ਮੀਟਿੰਗ ਜਿਹੜੀ ਆ ਸਾਡੀ 6 ਮਾਰਚ ਨੂੰ ਆ। ਉਹਦੇ ਵਿੱਚ ਇੱਕ ਅਸੀਂ ਸੋਚ ਰਹੇ ਹਾਂ ਕਿ ਜਿੱਥੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਅਸਥਾਨ ਆ ਇੱਥੇ ਉੱਥੇ ਨਗਰ ਕੀਰਤਨ ਹੋਵੇ, ਕੀਰਤਨ ਦਰਬਾਰ ਹੋਣ, ਅੰਮ੍ਰਿਤ ਸੰਚਾਰ ਹੋਵੇ। ਇਸ ਤੋਂ ਇਲਾਵਾ ਜਿੱਦਾਂ ਹੁਣ ਕਿਸਾਨੀ ਸੰਘਰਸ਼ ਚੱਲ ਰਿਹਾ ਉਹਦੇ ਵਿੱਚ ਜਿਹੜੀਆਂ ਸਭਾਵਾਂ ਪਹਿਲਾਂ ਤੋਂ ਚੱਲ ਰਹੀਆਂ, ਜਦੋਂ ਦਾ ਕਿਸਾਨੀ ਸੰਘਰਸ਼ ਚੱਲ ਰਿਹਾ ਕਿ ਅਸੀਂ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਸ ਕਿਸਾਨੀ ਸੰਘਰਸ਼ ਦੇ ਵਿੱਚ ਵੀ ਵੱਡਾ ਯੋਗਦਾਨ ਜਿਹੜਾ ਉਹ ਪਾਇਆ ਜਾਵੇ ਜਿਵੇਂ ਪਹਿਲਾਂ ਯੋਗਦਾਨ ਪਾਇਆ ਜਾ ਰਿਹਾ ਜੋ ਸੰਗਤਾਂ ਦੇ ਸਾਹਮਣੇ। ਹਾਂਜੀ, ਆਪਣੇ ਜਹਿਦਾ ਜੀ, ਅਸੀਂ ਕਿਸਾਨੀ ਸੰਘਰਸ਼ ਬਾਰੇ ਵੀ ਗੱਲ ਕਰਾਂਗੇ, ਉਹਦੇ ਤੇ ਵੀ ਜਿਹੜੇ ਮੁੱਦੇ ਉਸ ਤੇ ਵੀ ਕਰਾਂਗੇ। ਇੱਕ ਹੋਰ ਜਿੱਦਾਂ ਮਤਲਬ ਤੁਹਾਨੂੰ ਪਤਾ ਕਿ ਸਿੱਖ ਸੰਗਤਾਂ ਨੇ 400 ਸਾਲਾ ਜਿਹੜਾ ਮਤਲਬ 21 ਤਰੀਕ ਨੂੰ ਸਾਕਾ ਨਨਕਾਣਾ ਸਾਹਿਬ ਆ ਰਿਹਾ, ਉਹ ਸੰਗਤਾਂ ਮਨਾਉਣ ਮਤਲਬ ਉਹਨਾਂ ਨੇ ਪਾਕਿਸਤਾਨ ਜਾਣਾ ਸੀਗਾ, ਲੇਕਿਨ ਖੜੇ ਪੈਰ ਭਾਰਤ ਸਰਕਾਰ ਨੇ ਉਹਨਾਂ ਨੂੰ ਜਿਹੜੀ ਆ ਮਤਲਬ ਜਾਣ ਵਾਸਤੇ ਇਜਾਜ਼ਤ ਨਹੀਂ ਦਿੱਤੀ, ਜਦੋਂ ਕਿ ਉਹਨਾਂ ਦੇ ਵੀਜ਼ੇ ਵੀ ਲੱਗੇ ਹੋਏ ਆ। ਉਹਦੇ ਬਾਰੇ ਵੀ ਕੋਈ ਪ੍ਰਤੀਕਰਮ ਦੇਣਾ ਚਾਹੁੰਦੇ? ਦੇਖੋ, ਮੈਂ ਸਮਝਦਾ ਕਿ ਇਹ ਬਹੁਤ ਮਾੜੀ ਗੱਲ ਹੈ। 100 ਸਾਲਾ ਨਨਕਾਣਾ ਸਾਹਿਬ ਦਾ ਜਿਹੜਾ ਹੈਗਾ ਸਾਕਾ ਨਨਕਾਣਾ ਗੁਰਦੁਆਰੇ ਮਹੰਤਾਂ ਤੋਂ ਆਜ਼ਾਦ ਕਰਾਏ ਸੀ ਉਹਦਾ, ਅਸੀਂ ਪਿਛਲੇ ਸਾਲ ਇਸ ਦਿਹਾੜੇ ਨੂੰ ਸਮਰਪਿਤ 99 ਸਾਲੇ ਵੇਲੇ ਅਸੀਂ ਮਨਾਇਆ ਸੀਗਾ ਇਹ ਦਿਨ ਜਿਹੜਾ ਸੀ, ਜਿਹੜਾ ਸਾਡਾ ਪਿਛਲਾ ਸੰਪਰਕ ਸੀਗਾ ਪਿਛਲੇ ਸਾਲ 2020 ਦਾ, ਉਹ ਅਸੀਂ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਕੀਤਾ ਸੀਗਾ। ਤੇ ਇਸ ਵਾਰ ਜਿਹੜੀ 100 ਸਾਲਾ ਸ਼ਤਾਬਦੀ ਸੀ ਜੋ ਪਾਕਿਸਤਾਨ ਦੇ ਵਿੱਚ ਮਨਾਈ ਜਾਣੀ ਸੀ ਨਨਕਾਣਾ ਸਾਹਿਬ ਵਿਖੇ, ਤਾਂ ਮੈਂ ਸਮਝਦਾ ਕਿ ਸੰਗਤਾਂ ਦਾ ਪੂਰਾ ਹੱਕ ਆ। ਕਿਉਂ ਉਹਨਾਂ ਨੂੰ ਰੋਕਿਆ ਗਿਆ, ਇਹਦੇ ਪਿੱਛੇ ਕਾਰਨ ਕੀ ਹੈ, ਇਹ ਬਹੁਤ ਮਾੜੀ ਗੱਲ ਆ। ਰੋਕਿਆ ਨਹੀਂ ਜਾਣਾ ਚਾਹੀਦਾ, ਚਾਹੇ ਉਹ ਕੇਂਦਰ ਸਰਕਾਰ ਵੱਲੋਂ ਕਿਸੇ ਵੀ ਕਾਰਨ ਤੋਂ ਰੋਕਿਆ ਗਿਆ ਹੋਵੇ, ਜਥੇ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ। ਚਾਹੇ ਉਹ ਗੁਰਪੁਰਬ ਮਨਾਉਣ ਵਾਸਤੇ ਨਨਕਾਣਾ ਸਾਹਿਬ ਨਵੰਬਰ ਮਹੀਨੇ ਵਿੱਚ ਜਾਂਦੇ ਆ, ਚਾਹੇ ਫਰਵਰੀ ਆਪਣਾ ਅਪ੍ਰੈਲ ਮਹੀਨੇ ਦੇ ਵਿੱਚ ਵਿਸਾਖੀ ਮਨਾਉਣ ਵਾਸਤੇ ਸੰਗਤਾਂ ਜਾਂਦੀਆਂ ਨੇ, ਤੇ ਜਾਂ ਹੁਣ 100 ਸਾਲਾ ਸ਼ਤਾਬਦੀ ਮਨਾਉਣ ਵਾਸਤੇ ਜਾ ਰਹੀਆਂ ਨੇ। ਪਰ ਇਹਦਾ ਕਾਰਨ ਮੈਂ ਸਮਝਦਾ ਜਿੱਦਾਂ ਕਿਸਾਨੀ ਸੰਘਰਸ਼ ਚੱਲ ਰਿਹਾ ਤੇ ਜਿਸ ਤਰ੍ਹਾਂ ਪੰਜਾਬ ਲੀਡ ਕਰ ਦੇ ਵਿੱਚ, ਹੋ ਸਕਦਾ ਦੇ ਨਾਲ ਜਿਹੜੀ ਨਾਰਾਜ਼ਗੀ ਕੇਂਦਰ ਸਰਕਾਰ ਦੀ ਆ ਕਾਰਨ ਵੀ ਹੋ ਸਕਦਾ ਇਹ ਪਾਬੰਦੀ ਲੱਗੀ ਹੋਵੇ, ਜਿਸ ਤਰ੍ਹਾਂ ਆਪਣਾ ਕਰਤਾਰਪੁਰ ਸਾਹਿਬ ਦਾ ਅਜੇ ਤੱਕ ਜਿਹੜਾ ਹੈਗਾ ਦੁਬਾਰਾ ਦਰਸ਼ਨ ਵਾਸਤੇ ਲਾਂਘਾ ਨਹੀਂ ਖੋਲਿਆ ਗਿਆ ਕਰੋਨਾ ਕਾਲ ਦੇ ਚੱਲਦੇ। ਹੁਣ ਤਾਂ ਕਰੋਨਾ ਕਾਲ ਭਾਵੇਂ ਵਿਦੇਸ਼ਾਂ ਦੇ ਵਿੱਚ ਤਾਂ ਕਾਫੀ ਵੱਡੀ ਪੱਧਰ ਤੇ ਫੈਲਿਆ, ਬਹੁਤ ਸਾਰੇ ਸਾਡੇ ਜਿਹੜੇ ਸੱਜਣ ਆ ਉਹ ਵੀ ਇਹਦੀ ਲਪੇਟ ਦੇ ਵਿੱਚ ਆਏ ਹੋਏ ਆ। ਮੈਂ ਖੁਦ ਪਹਿਲਾਂ ਕਰੋਨਾ ਕਾਲ ਦੇ ਜਦੋਂ ਭਾਰਤ ਵਿੱਚ ਜ਼ੋਰ ਸੀ ਇਹਦਾ ਮੈਂ ਵੀ ਲਪੇਟ ਵਿੱਚ ਆਇਆ ਸੀ, ਤਾਂ ਪਰ ਹੁਣ ਜਿਹੜਾ ਭਾਰਤ ਦੇ ਵਿੱਚ ਕੋਈ ਏਡੀ ਗੱਲ ਨਹੀਂ, ਮੈਂ ਸਮਝਦਾ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਕੋਈ ਏਡੀ ਵੱਡੀ ਗੱਲ ਨਹੀਂ ਹੈ ਕਰੋਨਾ ਦੀ। ਤੇ ਜਿਹੜਾ ਨਨਕਾ ਆਪਣਾ ਕਰਤਾਰਪੁਰ ਸਾਹਿਬ ਦਾ ਰਸਤਾ ਵਾ ਲਾਂਘਾ ਉਹ ਵੀ ਨਹੀਂ ਖੋਲਿਆ ਗਿਆ, ਕੇਂਦਰ ਸਰਕਾਰ ਨੂੰ ਵੀ ਤੁਰੰਤ ਖੋਲਣਾ ਚਾਹੀਦਾ ਵਾ। ਤੇ ਜਿਹੜੇ ਨਨਕਾਣਾ ਸਾਹਿਬ ਜਾ ਰਹੇ ਸੀਗੇ ਹੁਣ ਜਥਾ ਜਿਹੜਾ 100 ਸਾਲਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਭਾਈ ਲਕਸ਼ਮਣ ਸਿੰਘ ਧਾਰੋਵਾਲੀ ਦੇ ਉਹਨਾਂ ਦੀ ਯਾਦ ਵਿੱਚ ਦਿਨ ਮਨਾਉਣ ਵਾਸਤੇ ਉਹਨਾਂ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ। ਕਾਰਨ ਕੀ ਹੋਇਆ ਅਜੇ ਤੱਕ ਕਾਰਨ ਸਪਸ਼ਟ ਨਹੀਂ ਹੋਇਆ। ਕਾਰਨ ਜਿੱਦਾਂ ਉਹਨਾਂ ਨੇ ਦੱਸਿਆ, ਮਤਲਬ ਸਰਕਾਰ ਨੇ ਜਿਹੜਾ ਮਤਲਬ ਛੋਟਾ ਜਿਹਾ ਦੋਖ ਲੈਣ ਦਾ ਇਹ ਦੱਸਿਆ ਕਿ ਸਿਕਿਉਰਿਟੀ ਰੀਜਨ ਕਰਕੇ ਵੀ ਉੱਥੇ ਹਮਲਾ ਹੋ ਸਕਦਾ ਤੁਹਾਡੇ ਉੱਪਰ।
ਦੇਖੋ ਇਹ ਤਾਂ ਆਏ ਸਾਲ ਹੀ ਉੱਥੇ ਜੱਥੇ ਜਾਂਦੇ ਆ, ਹੁਣ ਇਹ ਕਿਸ ਨੇ ਕੀ ਰਿਪੋਰਟ ਦਿੱਤੀ ਹੈ, ਕੀ ਕਾਰਨ, ਇਹ ਤਾਂ ਸਰਕਾਰ ਖਬਰਸਾਰ ਸੀ ਜਾਂ ਕੀ ਗੱਲ, ਪਰ ਮੈਂ ਸਮਝਦਾ ਵੀ ਇਹ ਤਾਂ ਬੜੇ ਬੁਰੇ ਹਾਲਾਤਾਂ ਦੇ ਵਿੱਚ ਵੀ ਜਥੇ ਜਿਹੜੇ ਆ ਜਾਂਦੇ ਰਹੇ ਆ, ਜਦੋਂ ਪੁਲਵਾਮਾ ਕਾਂਡ ਹੋਇਆ ਜਾਂ ਕਾਰਗਿਲ ਹੋਈ ਆ ਉਸ ਵੇਲੇ ਵੀ ਜਥੇ ਜਿਹੜੇ ਆ ਉਹ ਨਨਕਾਣਾ ਸਾਹਿਬ ਜਾਂਦੇ ਰਹੇ ਆ। ਇਹ ਕੋਈ ਵੱਡਾ ਰੀਜ਼ਨ ਮੈਨੂੰ ਨਹੀਂ ਲੱਗਦਾ, ਪਰ ਬਾਕੀ ਦੇਸ਼ ਦੀਆਂ ਏਜੰਸੀਆਂ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਲੱਗਦਾ ਹੋਊਗਾ ਜਾਂ ਉਹਨਾਂ ਨੂੰ ਕੋਈ ਕਾਰਨ ਲੱਭਿਆ ਇਹਦੇ ਬਾਰੇ ਕਿਹਾ ਨਹੀਂ ਜਾ ਸਕਦਾ, ਪਰ ਮੈਨੂੰ ਲੱਗਦਾ ਕਿ ਮੁੱਖ ਕਾਰਨ ਇਹੀ ਆ ਕਿ ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਚੱਲ ਰਿਹਾ ਤੇ ਉਸ ਸੰਘਰਸ਼ ਦੇ ਦੌਰਾਨ ਜਿਹੜਾ ਪੰਜਾਬ ਲੀਡ ਕਰ ਰਿਹਾ ਤੇ ਪੰਜਾਬ ਦੇ ਵਿੱਚ ਹਰਿਆਣਾ ਤੇ ਮੁੜ ਕੇ ਦਿੱਲੀ ਦੇ ਬਾਰਡਰਾਂ ਤੇ ਗਿਆ, ਹੋ ਸਕਦਾ ਵੀ ਇਹ ਵੀ ਕਾਰਨ ਹੋਵੇ ਕਿ ਇਸ ਗੁੱਸੇ ਨਾਰਾਜ਼ਗੀ ਦੇ ਵਿੱਚ ਇਹ ਜਿਹੜਾ ਜਥੇ ਨੂੰ ਜਿਹੜਾ ਹੈਗਾ ਉਹ ਜਾਣ ਦੀ ਇਜਾਜ਼ਤ ਨਾ ਦਿੱਤੀ ਗਈ। ਜਹਿਦਾਰ ਜੀ, ਆਪਾਂ ਕਿਸਾਨੀ ਸੰਘਰਸ਼ ਤੇ ਗੱਲ ਕਰ ਲੈਂਦੇ ਕਿ ਤਕਰੀਬਨ 3 ਮਹੀਨੇ ਉੱਥੇ ਬੈਠਿਆਂ ਨੂੰ ਹੋ ਚੱਲਿਆ ਤੇ ਪਹਿਲਾਂ 3 ਮਹੀਨੇ ਪੰਜਾਬ 'ਚ ਚੱਲਿਆ ਤੇ 26 ਤਰੀਕ ਤੋਂ ਪਹਿਲਾਂ ਜਿਹੜਾ ਸੰਘਰਸ਼ ਸੀਗਾ ਉਹਦੀ ਮਤਲਬ ਰੂਪ ਰੇਖਾ ਹੋਰ ਸੀਗੀ, ਲੇਕਿਨ ਉਸ ਤੋਂ ਬਾਅਦ ਕੁਝ ਚੇਂਜਿੰਗ ਆ ਗਈ ਆ, ਮੁੱਦੇ ਕਾਫੀ ਉੱਭਰੇ ਹੋਏ ਆ, ਇਹ ਵੀ ਆ ਰਿਹਾ ਸਾਹਮਣੇ ਕਿ ਡਿਫਾਲਟ ਪੈ ਗਿਆ ਆ। ਤੁਹਾਡਾ ਤੁਹਾਡਾ ਕੀ ਇਹਦੇ ਬਾਰੇ ਵਿਚਾਰ ਆ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜਿਹੜਾ ਇਹ ਕਿਸਾਨੀ 3 ਬਿੱਲਾਂ ਦੇ ਖਿਲਾਫ ਜੋ ਕੇਂਦਰ ਸਰਕਾਰ ਦੇ ਵੱਲੋਂ 3 ਕਾਨੂੰਨ ਪਾਸ ਕੀਤੇ ਗਏ ਆ, ਇਹਦੇ ਖਿਲਾਫ ਜਿਹੜਾ ਸੰਘਰਸ਼ ਉੱਠਿਆ ਸੀ ਉਹ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਕਿ ਅਡਾਨੀ ਤੇ ਅਬਾਨੀ ਦੇ ਖਿਲਾਫ ਕੇਂਦਰ ਦੇ ਖਿਲਾਫ ਕਿੰਨਾ ਗੁੱਸਾ ਸੀ, ਔਰ ਜੋ ਕਿਸਾਨ ਤੇ ਮਜ਼ਦੂਰ ਸੀ ਉਹ ਟੋਲ ਟੈਕਸਾਂ ਦੇ ਉੱਪਰ ਬੈਠੇ ਸੀਗੇ, ਔਰ ਫਿਰ ਰਿਲਾਇੰਸ ਦੇ ਪੰਪਾਂ ਤੇ ਬੈਠੇ ਸੀਗੇ, ਔਰ ਇੱਥੇ ਬੈਠ ਕੇ ਉਹਨਾਂ ਨੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਜਦੋਂ 2-3 ਮਹੀਨੇ ਇੱਥੇ ਲੰਘ ਗਏ ਕਾਨੂੰਨ ਰੱਦ ਨਹੀਂ ਹੋਏ, ਤਾਂ ਫਿਰ ਦਿੱਲੀ ਵੱਲ ਕੂਚ ਕੀਤਾ ਦਿੱਤੇ ਹੋਏ ਸਮੇਂ ਅਨੁਸਾਰ, ਸਾਰਾ ਕੁਝ ਜਿਹੜਾ ਸੀ ਬੜੇ ਵਧੀਆ ਤਰੀਕੇ ਦੇ ਨਾਲ 26 ਤਰੀਕ ਨੂੰ ਜਿਸ ਤਰੀਕੇ ਦੇ ਨਾਲ ਥੋੜਾ ਵਾਵੇਲਾ ਖੜਾ ਹੋਇਆ, ਪਰ ਮੈਂ ਸਮਝਦਾ ਕਿ ਉੱਥੇ ਕੁਝ ਆਗੂਆਂ ਦੀ ਕਮੀ ਰਹੀ ਆ। ਆਗੂਆਂ ਨੇ ਜਿਸ ਤਰੀਕੇ ਦੇ ਨਾਲ ਦਿੱਲੀ ਲੋਕਾਂ ਨੂੰ ਇਕੱਠੇ ਕੀਤਾ ਸੀ, ਜਿਸ ਤਰੀਕੇ ਦੇ ਨਾਲ ਜਦੋਂ ਮਨਜ਼ੂਰੀ 5,000 ਟਰੈਕਟਰ ਦੀ ਮਿਲੀ ਆ, ਤਾਂ ਫਿਰ ਆਪਾਂ ਨੂੰ ਉੱਥੇ 5 ਲੱਖ ਜਾਂ 2 ਲੱਖ ਜਾਂ 3 ਲੱਖ ਟਰੈਕਟਰ ਇਕੱਠਾ ਕਰਨ ਦੀ ਲੋੜ ਨਹੀਂ। ਜੇਕਰ ਮਨਜ਼ੂਰੀ 5,000 ਦੀ ਆ, ਮਨਜ਼ੂਰੀ ਅਨੁਸਾਰ ਚੱਲਣਾ ਵਾ, ਤਾਂ ਫਿਰ 5,000 ਦੀ ਮਨਜ਼ੂਰੀ ਆ, ਤਾਂ ਫਿਰ ਤੁਸੀਂ ਇੰਨੇ ਟਰੈਕਟਰ ਜਦੋਂ ਇਕੱਠੇ ਕਰੋਗੇ ਤਾਂ ਫਿਰ ਉਹ ਟਰੈਕਟਰ ਜਿਹੜੇ ਉਹ ਕਿੱਥੇ ਚੱਲਣਗੇ, ਰੂਟ ਸਾਰਾ ਤੁਹਾਡੇ ਕੋਲੇ 15-20 ਕਿਲੋਮੀਟਰ ਦਾ, ਤੇ ਜਿੰਨੇ ਟਰੈਕਟਰ ਇਕੱਠੇ ਹੋਏ ਆ ਜੇ ਉਹਨਾਂ ਨੂੰ ਖੜਾ ਵੀ ਦਿੱਤਾ ਜਾਵੇ ਤਾਂ ਉਹ ਵੀ 100 ਕਿਲੋਮੀਟਰ ਦੇ ਵਿੱਚ ਖੜੇ ਹੋਣੇ ਆ, ਤਾਂ ਫਿਰ ਉਹ ਜਿਹੜੀਆਂ ਦਿੱਕਤਾਂ ਤਾਂ ਆਉਣਗੀਆਂ ਜੀ। ਜਿਹੜਾ ਮੈਂ ਸਮਝਦਾ ਇੱਥੇ ਆਗੂਆਂ ਦੀ ਕਮੀ ਰਹੀ ਆ, ਪਹਿਲਾਂ ਆਗੂਆਂ ਨੇ ਜਿਸ ਤਰੀਕੇ ਦੇ ਨਾਲ ਇਕੱਠੇ ਕੀਤਾ ਲੋਕਾਂ ਨੂੰ ਜਿਹੜਾ ਸੀਗਾ ਭਾਵੁਕ ਕਰਕੇ ਉੱਥੇ ਸੱਦਿਆ, ਇੱਕ ਇੱਕ ਪਿੰਡ ਚੋਂ 5-5 ਟਰੈਕਟਰ ਸੱਦੇ, ਉੱਥੇ 10-10 ਟਰੈਕਟਰ ਤੋਂ ਵੀ ਜ਼ਿਆਦਾ ਪਹੁੰਚ ਗਏ ਨੌਜਵਾਨ, ਔਰ ਜਿਹੜੇ ਸਾਡੇ ਪੰਜਾਬੀ ਜਿਹੜੇ ਗਾਇਕ ਸੀਗੇ ਉਹਨਾਂ ਦੇ ਗਾਣੇ ਸੀ, ਜਿਸ ਤਰੀਕੇ ਦੇ ਨਾਲ ਉਹਨਾਂ ਗਾਣਿਆਂ ਨੂੰ ਲਾ ਕੇ ਟਰੈਕਟਰਾਂ ਦੇ ਉੱਤੇ ਜੋਸ਼ ਦੇ ਵਿੱਚ ਸੀਗੇ ਸਾਰੇ ਨੌਜਵਾਨ, ਦਿੱਲੀ ਵੱਲ ਨੂੰ ਆਗੂਆਂ ਦੀ ਅਪੀਲ ਤੇ ਗਏ ਕਿ ਸਾਡੇ ਆਗੂ ਇਹ ਨਾ ਸੋਚਣ ਕਿ ਉਹਨਾਂ ਦੀ ਅਪੀਲ ਤੇ ਇੱਥੇ ਲੋਕ ਨਹੀਂ ਆਏ। ਲੋਕ ਜਿਹੜੇ ਸੀ ਕਿਸਾਨ ਤੇ ਮਜ਼ਦੂਰ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੇ। ਮੈਂ ਇੱਕ ਦਿਨ ਪਹਿਲਾਂ ਉੱਥੇ ਪਹੁੰਚਿਆ ਸੀ ਔਰ ਮੈਂ ਦੇਖਿਆ ਟਿਕਰੀ ਬਾਰਡਰ ਦੇ ਉੱਤੇ ਕਿ ਉਸ ਦਿਨ ਹੀ ਜਾਮ ਲੱਗ ਗਿਆ ਸੀਗਾ, ਉਸ ਦਿਨ ਹੀ ਲੰਘਣ ਵਾਸਤੇ ਰਸਤਾ ਨਹੀਂ ਸੀ ਕੋਈ। 26 ਤਰੀਕ ਤੋਂ ਤਾਂ ਪਹਿਲਾਂ ਹੀ ਹਾਲਾਤ ਬਣ ਗਏ ਸੀਗੇ ਕਿ ਟਰੈਕਟਰਾਂ ਦੇ ਤੁਰਨ ਵਾਸਤੇ ਜਗ੍ਹਾ ਨਹੀਂ ਸੀ, ਪਰ ਜਿਹੜੇ ਆਗੂ ਸੀ ਜਿਸ ਤਰੀਕੇ ਨਾਲ ਉਹਨਾਂ ਨੇ ਸੱਦਿਆ ਸੀ, ਜਿੱਦਾਂ ਸਪੀਚਾਂ ਕੀਤੀਆਂ ਸੀ ਕਿ ਲਾਲ ਕਿਲੇ ਦੇ ਉੱਤੇ ਰਾਸ਼ਟਰਪਤੀ ਝੰਡਾ ਨਹੀਂ ਚੜਾਊਗਾ, ਪ੍ਰਧਾਨ ਮੰਤਰੀ ਝੰਡਾ ਨਹੀਂ ਚੜਾਊਗਾ ਤੇ ਕਿਸਾਨ ਝੰਡਾ ਚਲਾਉਣਗੇ, ਇਹ ਦਿੱਲੀ ਦੀਆਂ ਸੜਕਾਂ ਤੇ ਟੈਂਕਾਂ ਦੇ ਬਰਾਬਰ ਟਰੈਕਟਰ ਚੱਲਣਗੇ, ਉਹ ਜਿਹੜੀ ਬਿਆਨਬਾਜ਼ੀ ਸੀ ਆਗੂਆਂ ਦੀ ਉਹਦੇ ਤੋਂ ਭਾਵੁਕ ਹੋ ਕੇ ਜਿਹੜੀਆਂ ਸੰਗਤਾਂ ਸੀਗੀਆਂ ਪਹੁੰਚੀਆਂ ਸੀਗੀਆਂ, ਔਰ ਫਿਰ ਜਿਸ ਵੇਲੇ ਮੌਕੇ ਦੇ ਉੱਤੇ ਉਹਨੂੰ ਮੋੜਾ ਦਿੱਤਾ ਗਿਆ ਕਿ ਸਰਕਾਰ ਨੇ ਦਿੱਲੀ ਪੁਲਿਸ ਨੇ ਜਦੋਂ ਇਜਾਜ਼ਤ ਨਹੀਂ ਦਿੱਤੀ ਉਹਨਾਂ ਨੂੰ ਮਤਲਬ ਮਾਰਚ ਪਰੇਡ ਜਿਹੜੀ ਸੀ ਦਿੱਲੀ ਚ ਐਂਟਰ ਕਰਨ ਦੀ, ਤਾਂ ਉਸ ਵੇਲੇ ਉਹਨਾਂ ਨੇ ਮੌਕੇ ਤੇ ਜਦੋਂ ਮੋੜਾ ਦਿੱਤਾ ਕਿ ਦਿੱਤੇ ਹੋਏ ਰੂਟ ਅਨੁਸਾਰ ਜਿਹੜਾ ਹੈਗਾ ਉਹ ਮਾਰਚ ਕੱਢਿਆ, ਫਿਰ ਕਈਆਂ ਕੋਲ ਮੈਸੇਜ ਆਏ ਸੀ ਆਪ ਮੁਹਾਰੇ ਜਾਂ ਜਿਹੜੇ ਰਸਤੇ ਸੀ ਉਹ ਇਸ ਤਰੀਕੇ ਨਾਲ ਬਣਾਏ ਹੋਏ ਸੀ ਕਿ ਉਹ ਰੂਟ ਹੀ ਇਸ ਤਰ੍ਹਾਂ ਦੇ ਸੀ ਕਿ ਉਸ ਪਾਸੇ ਨੂੰ ਜਿਹੜਾ ਸੀਗਾ ਬਹੁਤ ਸਾਰੀ ਸੰਗਤ, ਬੱਚੇ, ਬਜ਼ੁਰਗ, ਨੌਜਵਾਨ ਨਿਕਲ ਗਏ, ਔਰ ਕੇਵਲ ਪੰਜਾਬ ਦੇ ਨਹੀਂ ਹਰਿਆਣੇ ਦੇ, ਯੂਪੀ ਦੇ ਸਭ ਤੋਂ ਪਹਿਲਾਂ ਜਥਾ ਜਿਹੜਾ ਮੈਂ ਪੜ੍ਹਿਆ ਕਿ ਯੂਪੀ ਦਾ ਜਥਾ ਉੱਥੇ ਲਾਲ ਕਿਲੇ 'ਚ ਪਹੁੰਚਿਆ ਸੀਗਾ ਸਭ ਤੋਂ ਪਹਿਲਾਂ,
ਉਹ ਜਿਹੜਾ ਸੀ ਉਹ ਠੀਕ ਸਾਰਾ ਹੈ ਪ੍ਰੋਗਰਾਮ ਆਗੂਆਂ ਦਾ ਦਿੱਤਾ ਹੋਇਆ ਸੀ, ਉਸ ਅਨੁਸਾਰ ਜਿਹੜੇ ਸੀ ਲੋਕ ਉੱਥੇ ਪਹੁੰਚੇ ਵੱਡੀ ਗਿਣਤੀ ਦੇ ਵਿੱਚ। ਤਾਂ ਉਸ ਤੋਂ ਬਾਅਦ ਜਿਸ ਤਰ੍ਹਾਂ ਲਾਲ ਕਿਲੇ ਦੇ ਉੱਪਰ ਜਿਸ ਤਰ੍ਹਾਂ ਉਹ ਗਏ, ਤੁਸੀਂ ਵੀ ਦੇਖੋ, ਇਕੱਠ ਵਿੱਚ ਕਿਸੇ ਨੇ ਕੇਸਰੀ ਝੰਡਾ ਫੜਿਆ, ਕਿਸੇ ਨੇ ਕਿਸਾਨੀ ਦਾ ਝੰਡਾ ਫੜਿਆ, ਕਿਸੇ ਨੇ ਤਿਰੰਗਾ ਝੰਡਾ ਫੜਿਆ ਹੋਇਆ। ਉੱਥੇ ਕੋਈ ਕਿਸੇ ਝੰਡੇ ਹਾਂਜੀ ਦਾ ਅਪਮਾਨ ਕਰਨ ਗਿਆ ਤੇ ਨਾ ਹੀ ਕੀਤਾ ਗਿਆ। ਜਿਹੜਾ ਰੈੱਡ ਫੋਰਟ ਲਾਲ ਕਿਲੇ ਦੇ ਉੱਤੇ ਤਿਰੰਗਾ ਝੰਡਾ ਲੱਗਿਆ ਹੋਇਆ, ਉਹਨੂੰ ਕਿਸੇ ਨੇ ਹੱਥ ਵੀ ਨਹੀਂ ਲਾਇਆ, ਛੇੜਿਆ ਵੀ ਨਹੀਂ ਕਿਸੇ ਨੇ। ਕਿਉਂਕਿ ਦੂਸਰੇ ਪਾਸੇ ਮੈਂ ਇੱਕ ਗੱਲ ਕਹਾਂ, ਤਿਰੰਗੇ ਦੇ ਸਨਮਾਨ ਦੀ ਗੱਲ ਕਰੀਏ ਤਾਂ ਜਿਹੜੇ ਲੋਕਾਂ ਦੀ ਕੁਰਬਾਨੀ ਆ ਚਲਾਉਣ ਵਾਲੇ, ਉਹਨਾਂ ਨੂੰ ਪ੍ਰਤੀ ਵਫਾਦਾਰੀ ਜਾਂ ਰਾਸ਼ਟਰਵਾਦ ਨਹੀਂ ਸਿਖਾਇਆ ਜਾ ਸਕਦਾ। ਸਭ ਤੋਂ ਵੱਧ ਫਾਂਸੀਆਂ, ਸਭ ਤੋਂ ਵੱਧ ਜੇਲ੍ਹਾਂ, ਸਭ ਤੋਂ ਵੱਧ ਤਬਾਹੀ ਝੱਲੀ ਆ। ਭਾਰਤ ਪਾਕਿਸਤਾਨ ਬਣਿਆ ਤੇ ਹਾਂਜੀ ਵੰਡਿਆ ਤੇ ਪੰਜਾਬ ਜਾਂ ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ, ਤੇ ਜੇ ਤੁਸੀਂ ਉਹਨਾਂ ਨੂੰ ਕਹੋ ਵੀ ਉਹ ਤਿਰੰਗੇ ਦੀ ਬੇਅਦਬੀ, ਕਿਸੇ ਨੇ ਬੇਅਦਬੀ ਨਹੀਂ ਕੀਤੀ। ਬਰਾਬਰ ਉੱਥੇ ਜਿਹੜਾ ਖਾਲੀ ਇੱਕ ਪੋਲ ਸੀ, ਉਸ ਪੋਲ ਦੇ ਉੱਤੇ ਜਾਂ ਜਿਹੜੀਆਂ ਲਾਲ ਕਿਲੇ ਦੀਆਂ ਕੁਝ ਮਮਤੀਆਂ ਸੀ ਗੁੰਬਜ ਸੀਗੇ ਖਾਲੀ, ਉਹਨਾਂ ਦੇ ਉੱਤੇ ਜਿਹੜਾ ਕਿਸਾਨੀ ਦਾ ਕਿਸਾਨ ਸਾਹਿਬ ਦਾ ਝੰਡਾ ਲਾਇਆ ਵਾ। ਪਰ ਉਸ ਤੋਂ ਬਾਅਦ ਜਿਹੜਾ ਸੀਗਾ, ਆਗੂਆਂ ਨੇ ਜਿਸ ਤਰ੍ਹਾਂ ਬਿਆਨਬਾਜ਼ੀ ਕੀਤੀ, ਕੁਝ ਨੌਜਵਾਨਾਂ ਨੂੰ ਜਿਵੇਂ ਖਾਸ ਕਰਕੇ ਦੀਪ ਸਿੱਧੂ ਤੇ ਲੱਕੇ ਸਿਧਾਣੇ ਨੂੰ ਟਾਰਗੇਟ ਕਰਕੇ ਜਿਸ ਤਰ੍ਹਾਂ ਉਹਨਾਂ ਨੂੰ ਗਦਾਰੀ ਦੇ ਟੈਗ ਦਿੱਤੇ ਜਾਂ ਹੋਰ ਕਿਹਾ, ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ, ਉਹਦੇ ਨਾਲ ਮਾਹੌਲ ਜਿਹੜਾ ਸੀ ਉਹ ਖਰਾਬ ਹੋ ਗਿਆ ਸੀ। ਇੱਕ ਵਾਰੀ ਜਿਹੜਾ ਕਿਸਾਨ ਸੰਘਰਸ਼ ਦਾ ਮਾਹੌਲ, ਇੱਕ ਜਿਹੜਾ ਮੀਡੀਆ ਸੀਗਾ ਨੈਸ਼ਨਲ ਮੀਡੀਆ, ਉਹਨੇ ਇਸ ਤਰੀਕੇ ਦੇ ਨਾਲ ਚੱਕ ਲਿਆ ਕਿ ਦੇਖੋ ਜੀ ਇਹ ਤਾਂ ਲਾਲ ਕਿਲੇ ਤੇ ਹਮਲਾ ਕਰਤਾ ਜੀ, ਇਹ ਤਾਂ ਦੇਸ਼ ਤੇ ਹਮਲਾ ਕਰਤਾ ਜੀ। ਤਾਂ ਉਸ ਤਰੀਕੇ ਦੇ ਨਾਲ ਫਿਰ ਜਿਹੜਾ ਸੀਗਾ ਮਾਹੌਲ ਇਸ ਤਰ੍ਹਾਂ ਦਾ ਬਣ ਗਿਆ ਸੀਗਾ। ਪਰ ਉਸ ਵੇਲੇ ਜਿਹੜਾ ਗਾਜ਼ੀਪੁਰ ਬਾਰਡਰ ਸੀ, ਉਹਦੇ ਤੇ ਜਿਹੜਾ ਕਿਸਾਨ ਨੇਤਾ ਰਕੇਸ਼ ਟਕੈਤ ਸੀਗਾ, ਉਹਨੇ ਜਿਸ ਹਾਂਜੀ ਭਾਵੁਕਤਾ ਦੇ ਨਾਲ ਜਿਹੜੇ ਲੱਗ ਗਏ, ਉਹਦੀਆਂ ਅੱਖਾਂ ਚੋਂ ਅੱਥਰੂ ਨਿਕਲੇ, ਜਿਸ ਤਰੀਕੇ ਨਾਲ ਕਿ ਸਰਦਾਰਾਂ ਨੂੰ ਬਦਨਾਮ ਕੀਤਾ ਜਾ ਰਿਹਾ, ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ, ਕਿਸਾਨ ਮਰ ਜਾਊਗਾ ਪਰ ਮੋਰਚੇ ਤੋਂ ਨਹੀਂ ਹਿੱਲੂਗਾ, ਮੰਗਾਂ ਮਨਵਾਊਗਾ ਸ਼ਾਂਤਮਈ ਠੀਕ ਪੀਸਫੁਲੀ ਹੈ ਤਰੀਕੇ ਨਾਲ। ਤਾਂ ਜਦੋਂ ਰਕੇਸ਼ ਟਕੈਤ ਦੇ ਅੱਥਰੂ ਨਿਕਲੇ, ਉਹਦੇ ਅੱਥਰੂਆਂ ਨੇ ਇੰਨਾ ਪ੍ਰਭਾਵਿਤ ਕੀਤਾ ਕਿ ਲੋਕ ਅੱਧੀ ਰਾਤ ਨੂੰ ਵੀ ਯੂਪੀ ਚੋਂ, ਹਰਿਆਣੇ ਚੋਂ, ਪੰਜਾਬ ਚੋਂ ਦਿੱਲੀ ਵੱਲ ਨੂੰ ਤੁਰ ਪਏ। ਤੇ ਜਿਹੜੇ ਜਿਸ ਤਰੀਕੇ ਨਾਲ ਲੱਗ ਰਿਹਾ ਸੀ ਕਿ ਕੁਝ ਡਾਵਾਂਡੋਲ ਗੱਲ ਜਿਹੜੀ ਆ ਸਾਡੇ, ਖਾਸ ਕਰਕੇ ਜਿਹੜੇ ਪੰਜਾਬ ਕਿਸਾਨ ਯੂਨੀਅਨਾਂ ਦੇ ਆਗੂ ਸੀ, ਹਾਂਜੀ ਥੋੜੀ ਗੱਲ ਡਾਵਾਂਡੋਲ ਹੋਈ ਸੀ, ਉਹ ਕੇਸ ਟਕੈਤ ਹੋ ਗਿਆ। ਠੀਕ ਹੈ। ਜਿਹੜੇ ਆਪਣੇ ਜਿਹਦਾ ਜੀ 26 ਤਰੀਕ ਦੀ ਗੱਲ ਕਰਦੇ ਆ, ਸਰਕਾਰ ਆਪਣੇ ਜਾਲ ਚ ਫਸਾਉਣਾ ਚਾਹੁੰਦੀ ਸੀ ਜਾਂ ਕਿਸਾਨਾਂ ਦੀ ਜਿਹੜੀ ਮਤਲਬ ਜਿਹੜੀ ਉੱਥੇ ਰਣਨੀਤੀ ਸੀ ਜਾਂ ਉਹਨਾਂ ਦਾ ਜਿਹੜਾ ਆਰਗਨਾਈਜੇਸ਼ਨ ਸੀ ਜਾਂ ਜਿਹੜਾ ਪ੍ਰਬੰਧ ਸੀ ਉਹ ਕਮਜ਼ੋਰ ਰਿਹਾ, ਜਾਂ ਸਰਕਾਰ ਮਤਲਬ ਕਿਸਾਨਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਦੇ ਵਿੱਚ ਕਾਮਯਾਬ ਹੋ ਗਈ? ਦੇਖੋ ਜਦੋਂ ਸਰਕਾਰਾਂ ਨੇ ਵਰਤਨੇ ਹੋਣ, ਕੋਈ ਵੱਡੀ ਗੱਲ ਨਹੀਂ ਹੁੰਦੀ। ਇਹ ਸਾਰਾ ਕੁਝ ਮੈਂ ਸਮਝਦਾ ਕੋਈ ਹੱਥ ਕੰਡਿਆਂ ਵਾਲੀ ਗੱਲ ਨਹੀਂ। ਭਾਵੁਕਤਾ, ਜਿਹੜੀ ਭਾਵੁਕਤਾ ਸੀ ਨੌਜਵਾਨਾਂ 'ਚ, ਜਿਹੜਾ ਜੋਸ਼ ਸੀਗਾ, ਜਿਹੜਾ ਲਾਲ ਕਿਲੇ ਵੱਲ ਜਾ ਕੇ ਜਿਹੜਾ ਕਿਸਾਨੀ ਦਾ ਤੇ ਨਿਸ਼ਾਨ ਸਾਹਿਬ ਝੰਡਾ ਚਲਾਉਣ ਦਾ ਜੋਸ਼ ਸੀ, ਉਹਦੇ ਤਹਿਤ ਨੌਜਵਾਨ ਗਏ ਆ। ਜਿਹੜਾ ਸਾਡੇ ਆਗੂਆਂ ਨੇ ਕਿਹਾ ਕਿ ਉਹਨਾਂ ਨੂੰ ਰਸਤਾ ਦਿੱਤਾ ਗਿਆ, ਸਤਿਕਾਰਯੋਗ ਨੇ ਸਾਰੇ ਆਗੂ ਜਿਹੜੇ ਘੋਲ ਲੜਦੇ ਰਹੇ ਆ, ਬਜ਼ੁਰਗ ਨੇ, ਮੈਂ ਸਤਿਕਾਰ ਕਰਦਾ ਉਹਨਾਂ ਦਾ। ਪਰ ਕਈ ਵਾਰੀ ਇਨਸਾਨ, ਅਸੀਂ ਗਲਤੀਆਂ ਦੇ ਪੁਤਲੇ ਆ, ਗਲਤੀਆਂ ਹੋ ਜਾਂਦੀਆਂ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਮੈਂ ਸਮਝਦਾ ਕਿ ਇੱਥੇ ਜਿਹੜੇ ਉਹਨਾਂ ਨੇ ਇਸ ਗੱਲ ਤੇ ਟਪਲਾ ਖਾਇਆ, ਗਲਤੀ ਉਹਨਾਂ ਦਾ ਪਤਾ ਨੀ ਕਿੱਡਾ ਕੁ ਵੱਡਾ ਗੁਨਾਹ ਹੋ ਗਿਆ ਜਾਂ ਕਿੱਡੀ ਕੁ ਵੱਡੀ ਗੱਲ ਹੋ ਗਈ ਆ ਕਿ ਜਿਹੜਾ ਲਾਲ ਕਿਲੇ ਤੇ, ਕਿਉਂਕਿ ਉਸ ਵੇਲੇ ਮਾਹੌਲ ਇਦਾਂ ਦਾ ਬਣਿਆ ਹੋਇਆ ਸੀ, ਮੀਡੀਆ 'ਚ ਵੀ ਸ਼ਾਇਦ ਉੱਥੇ ਬੜਾ ਵੱਡਾ ਕੋਈ ਟਕਰਾਅ ਕਰਤਾ, ਨੁਕਸਾਨ ਕਰਤਾ ਜਾਂ ਬੇਅਦਬੀ ਕਰਤੀ, ਅਪਮਾਨ ਕਰਤਾ ਤਿਰੰਗੇ ਦਾ, ਤਾਂ ਉਹ ਥੋੜਾ ਘਬਰਾ ਗਏ। ਤਾਂ ਉਹਨਾਂ ਨੇ ਇਸ ਚੀਜ਼ ਨੂੰ ਨਹੀਂ ਦੇਖਿਆ ਕਿ ਜਿਹੜਾ ਸਾਰਾ ਕੇਵਲ ਕਿਸਾਨ ਵਿਰੋਧੀ ਪ੍ਰਚਾਰ ਆ, ਜਿਹੜਾ ਕਹਿ ਦਿੱਤਾ ਜੀ ਉਹਨਾਂ ਨੂੰ ਰਸਤੇ ਦਿੱਤੇ ਗਏ, ਨੌਜਵਾਨ ਦੀਪ ਸਿੱਧੂ ਨੂੰ ਰਸਤਾ ਦਿੱਤਾ, ਰਸਤੇ ਨਹੀਂ ਦਿੱਤਾ, ਰਸਤੋਂ ਹਰਿਆਣੇ ਚ ਵੜੇ ਸੀਗੇ, ਜਿਵੇਂ ਬੈਰੀਕੇਡ ਪੱਟ ਕੇ ਜਾਂ ਜਿਹੜੇ ਰਸਤੇ ਸੀ, ਜਿਵੇਂ ਵਾਟਰ ਕੈਨਨ ਦੀਆਂ ਗੱਡੀਆਂ ਸੀ ਉਹਨਾਂ ਦੇ ਮੂੰਹ ਮੋੜ ਕੇ, ਜਿਸ ਤਰ੍ਹਾਂ ਪੰਜਾਬ ਚੋਂ ਹਰਿਆਣੇ ਚ ਵੜੇ ਸੀ ਤੇ ਹਰਿਆਣੇ ਦੋਗਾਂ ਦਿੱਲੀ ਦੇ ਬਾਰਡਰਾਂ ਤੇ ਪਹੁੰਚੇ, ਇਸੇ ਤਰ੍ਹਾਂ ਉਦਣ 26 ਜਨਵਰੀ ਨੂੰ ਜੋ ਮੈਂ ਸਾਰਾ ਦੇਖਿਆ ਟੀਵੀ ਦੇ ਉੱਪਰ ਔਰ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ, ਇਸੇ ਤਰੀਕੇ ਨਾਲ ਹੀ ਉਹ ਜਿਹੜੇ ਰਾਹ ਸੀਗੇ ਬੈਰੀਕੇਡ ਪਾਸੇ ਕਰਕੇ ਨੌਜਵਾਨ ਜਿਹੜੇ ਸੀਗੇ ਜਾਂ ਬਜ਼ੁਰਗ ਸੀ ਉਹ ਲਾਲ ਕਿਲੇ ਤੇ ਪਹੁੰਚੇ। ਤੇ ਕੇਵਲ ਸਿੱਖ ਨਹੀਂ, ਗੈਰ ਸਿੱਖ ਵੀ ਬਹੁਤ ਸਾਰੇ, ਹਿੰਦੂ ਭਰਾ ਸੀ, ਮੁਸਲਮਾਨ ਭਰਾ ਸੀ, ਸਿੱਖ ਸੀ, ਸਾਰੇ ਰਲ ਮਿਲ ਕੇ ਉੱਥੇ, ਕਿਸਾਨ ਸੀ ਉੱਥੇ, ਕਿਸੇ ਧਰਮ ਦੀ ਗੱਲ ਨਹੀਂ, ਕਿਸੇ ਭਾਈਚਾਰੇ ਦੀ ਗੱਲ ਨਹੀਂ,
ਸਾਰੇ ਕਿਸਾਨੀ ਤੇ ਮਜ਼ਦੂਰੀ ਨਾਲ ਸੰਬੰਧ ਰੱਖਣ ਵਾਲੇ ਸਾਰੇ ਉੱਥੇ ਪਹੁੰਚੇ ਸੀ, ਉਹਨਾਂ ਨੂੰ ਕਿਸੇ ਨੇ ਰਾਹ ਨਹੀਂ ਦਿੱਤਾ। ਰਾਹ ਤਾਂ ਉਹਨਾਂ ਨੇ ਖੁਦ ਬਣਾਏ ਜਿਸ ਤਰ੍ਹਾਂ ਪਹਿਲਾਂ ਰਾਹ ਬਣਾਏ ਸੀਗੇ। ਸੋ ਇੱਥੇ ਕੋਈ ਮੈਂ ਸਮਝਦਾ ਸਰਕਾਰੀ ਟ੍ਰੈਪ ਨਹੀਂ ਸੀਗਾ, ਇਹ ਤਾਂ ਜੋਸ਼ ਸੀ, ਇੱਕ ਇੱਕ ਹੁਲਾਰਾ ਸੀਗਾ ਨੌਜਵਾਨਾਂ ਦੇ ਅੰਦਰ ਕਿ ਅਸੀਂ ਉੱਥੇ ਜਾਣਾ ਤੇ ਜਾ ਕੇ ਕਿਸਾਨੀ ਦਾ ਝੰਡਾ ਜਿਹੜਾ ਵਾ ਉੱਥੇ ਚਲਾਉਣਾ, ਜਾਂ ਨਿਸ਼ਾਨ ਸਾਹਿਬ ਜਿਹੜਾ ਹੈਗਾ, ਜਿਹੜੇ ਨਿਸ਼ਾਨ ਸਾਹਿਬ ਦੀ ਛਤਰ ਛਾਇਆ ਦੇ ਵਿੱਚ ਜਿਸ ਨਿਸ਼ਾਨ ਸਾਹਿਬ ਦੇ ਹੇਠਾਂ ਹਮੇਸ਼ਾ ਸਿੱਖ ਚੱਲਦਾ, ਹਰ ਮੋਰਚੇ ਨੂੰ ਚੱਲਦਾ, ਤੇ ਜਿਸ ਨਿਸ਼ਾਨ ਸਾਹਿਬ ਦੀ ਛਤਰ ਛਾਇਆ ਦੇ ਵਿੱਚ ਕਾਰਗਿਲ ਦੀ ਲੜਾਈ ਲੜਦਾ, 65 ਦੀ ਲੜਾਈ ਲੜਦਾ, 71 ਦੀ ਲੜਾਈ ਲੜਦਾ, ਜਿਸ ਨਿਸ਼ਾਨ ਸਾਹਿਬ ਦੇ ਹੇਠਾਂ ਗਲਵਾਨ ਘਾਟੀ 'ਚ ਜਾ ਕੇ ਝੰਡਾ ਗੱਡ ਕੇ ਸਿੱਖ ਫੌਜੀ ਲੜਾਈ ਲੜਦਾ, ਉਸੇ ਨਿਸ਼ਾਨ ਸਾਹਿਬ ਦੀ ਛਤਰ ਛਾਇਆ ਦੇ ਵਿੱਚ ਸਿੱਖ ਜਿਹੜਾ ਸੀ ਉੱਥੇ ਪਹੁੰਚਿਆ ਸੀ। ਉਹ ਨਿਸ਼ਾਨ ਸਾਹਿਬ ਗੁਰੂ ਘਰਾਂ ਤੇ ਲੱਗਿਆ, ਗੈਰ ਸਿੱਖਾਂ ਨੇ ਵੀ ਆਖਿਆ ਸਾਡੇ ਆਗੂ ਤਾਂ ਥੋੜਾ ਜਿਹੜਾ ਸੀ ਉੱਥੇ ਘਬਰਾ ਗਏ ਸੀਗੇ ਕਿ ਸ਼ਾਇਦ ਪਤਾ ਨਹੀਂ ਕੀ ਗੱਲ ਆ, ਕਿਉਂਕਿ ਪ੍ਰਚਾਰ ਇਸ ਤਰ੍ਹਾਂ ਕਰ ਦਿੱਤਾ, ਦੇਖੋ ਜੀ ਖਾਲਿਸਤਾਨੀ ਝੰਡਾ ਗੱਡ ਦਿੱਤਾ। ਪਰ ਗੈਰ ਸਿੱਖ ਜਿਹੜੇ ਸੀ ਉਹਨਾਂ ਆਖਿਆ ਇਹ ਉਹੀ ਝੰਡਾ ਵਾ ਜਦੋਂ ਨੇਪਾਲ 'ਚ ਭੁਚਾਲ ਆਉਂਦਾ ਤੇ ਉੱਥੇ ਇਹਦੀ ਛਾਇਆ 'ਚ ਲੰਗਰ ਲੱਗਦੇ ਆ, ਜਦੋਂ ਉੜੀਸਾ 'ਚ ਹੜ੍ਹ ਆਉਂਦਾ ਜਾਂ ਗੁਜਰਾਤ ਭੁਜ ਜਾਂ ਕੱਛ ਦੇ ਵਿੱਚ ਭੁਚਾਲ ਆਉਂਦਾ ਜਾਂ ਕਿਤੇ ਵੀ ਕੋਈ ਜੰਗ ਲੱਗਦੀ ਆ ਜਾਂ ਮਹਾਮਾਰੀ ਫੈਲਦੀ ਆ, ਤਾਂ ਉੱਥੇ ਇਸ ਨਿਸ਼ਾਨ ਸਾਹਿਬ ਦੇ ਹੇਠ ਝੰਡੇ ਦੇ ਹੇਠ ਇਹਦੀ ਛਤਰ ਛਾਇਆ ਦੇ ਹੇਠ ਹੀ ਜਾ ਕੇ ਲੰਗਰ ਲੱਗਦੇ। ਗੁਰੂ ਘਰਾਂ 'ਚ ਝੂਲਦਾ ਤਾਂ ਉੱਥੇ ਭਗਤੀ ਦੀ ਗੱਲ, ਪ੍ਰਸ਼ਾਦੇ ਦੀ ਗੱਲ, ਰਹਿਸ਼ ਦੀ ਗੱਲ, ਆਰਾਮ ਦੀ ਗੱਲ, ਤੇ ਜਿਹੜਾ ਕੋਈ ਹੁੰਦਾ ਕਿਸੇ ਦਾ ਸਤਾਇਆ ਉਹਨੂੰ ਉੱਥੇ ਕਿਲੇ ਦੀ ਤਰ੍ਹਾਂ ਇਸ ਨਿਸ਼ਾਨ ਸਾਹਿਬ ਦੇ ਹੇਠਾਂ ਹੀ ਢੋਈ ਮਿਲਦੀ ਆ। ਸੋ ਗੈਰ ਸਿੱਖਾਂ ਨੇ ਵੀ ਇਸ ਗੱਲ ਦੀ ਜਿਹੜੀ ਪ੍ਰੋੜਤਾ ਕੀਤੀ, ਉਹਨਾਂ ਕਿਹਾ ਵੀ ਕੋਈ ਬੇਅਦਬੀ ਜਾਂ ਨਹੀਂ, ਤੇ ਨਾ ਜੀ ਦਾ ਝੰਡਾ ਗਏ, ਜਿਹੜਾ ਝੰਡਾ ਹੈਗਾ ਇਹ ਸਿਰ ਝੰਡਾ ਔਰ ਗੁਰੂ ਘਰ ਦਾ ਝੰਡਾ, ਔਰ ਇਹੀ ਨਿਸ਼ਾਨ ਜਿਹੜਾ ਹੈਗਾ ਉਹ ਹਰ ਜਗ੍ਹਾ ਦੇ ਉੱਤੇ ਝੂਲਦਾ ਵਾ ਤੇ ਸਾਰੇ ਇਹਦੀ ਛਤਰ ਛਾਇਆ ਚ ਆਉਂਦੇ ਆ। ਜਹਦਰ ਜੀ, ਜਿੱਦਾਂ ਪੂਰੇ ਦੇਸ਼ ਦਾ ਆਪਾਂ ਕਹਿੰਦੇ ਕਿਸਾਨੀ ਮੋਰਚਾ ਕਿਸੇ ਧਰਮ ਨਾਲ ਕਿਸੇ ਫਿਰਕੇ ਨਾਲ ਸੰਬੰਧਿਤ ਨਹੀਂ ਗਾ, ਪਰ ਜਿੱਦਾਂ ਮਤਲਬ ਜਰਨਲਿਸਟ ਵੀ ਮੈਂ ਦੇਖਦਾ ਕਿ ਦੋ ਚੀਜ਼ਾਂ ਦਾ ਟਕਰਾਅ ਉੱਥੇ ਬਹੁਤ ਜਿੱਦਾਂ ਮੂੰਹ ਸਾਹਮਣੇ ਆ ਰਿਹਾ, ਇੱਕ ਤਾਂ ਜਿਹੜੀ ਪੰਥਕ ਸੋਚ ਆ ਤੇ ਇੱਕ ਹੈਗੀ ਆ ਕਾਮਰੇਡੀ ਸੋਚ, ਕਿਤੇ ਨਾ ਕਿਤੇ ਮਤਲਬ ਉੱਥੇ ਆਪਸ ਵਿੱਚ ਉਹਦਾ ਟਕਰਾਅ ਬਣਿਆ ਹੋਇਆ, ਉਹਨੂੰ ਕਿੱਦਾਂ ਰੋਕਿਆ ਜਾਵੇ? ਦੇਖੋ ਇਹ ਸ਼ੁਰੂਆਤ ਹੀ ਜਦੋਂ ਉੱਥੇ ਕਿਸਾਨੀ ਸੰਯੁਕਤ ਕਿਸਾਨ ਮੋਰਚਾ ਸੀ ਉਹਦੇ ਤੇ ਉਹੀ ਆਗੂ ਜਿਹੜੇ ਸੀ ਲੀਡ ਕਰ ਰਹੇ ਸੀ, ਜਿਹੜੀਆਂ 32 ਕਿਸਾਨ ਯੂਨੀਅਨਾਂ ਦੀ ਗੱਲ ਤਾਂ ਚੱਲਦੀ ਆ, ਉਹਦੇ 'ਚ ਹਰਿਆਣੇ ਦੀਆਂ ਯੂਨੀਅਨਾਂ ਵੀ ਆ, ਕੁਝ ਪੰਜਾਬ ਦੀਆਂ ਵੀ, ਉਹਨਾਂ ਵਿੱਚ ਸਿੱਖ ਜਿਹੜੇ ਆਗੂ ਨੇ, ਪਰ ਮੈਂ ਸਮਝਦਾ ਕਿ ਦੂਜੇ ਪਾਸੇ ਜਿਹੜੀ ਕਾਮਰੇਡੀ ਸੋਚ ਆ ਉਹਨਾਂ ਦਾ ਗਲ ਹੋਇਆ, ਤੇ ਜਿਸ ਕਾਰਨ ਕਰਕੇ ਜਿਹੜੀ ਕਾਮਰੇਡੀ ਸੋਚ, ਜਿਵੇਂ ਜੋਗਿੰਦਰ ਯਾਦਵ ਆ ਜਾਂ ਦਰਸ਼ਨਪਾਲ ਆ, ਜਿਹੜੀ ਇਹਨਾਂ ਦੀ ਜਿਹੜੀ ਸੋਚ ਆ ਉਹਨਾਂ ਦੀ, ਮੈਂ ਵੈਸੇ ਕਿਸਾਨੀ ਕਰਕੇ ਉਹਨਾਂ ਦਾ ਸਤਿਕਾਰ ਕਰਦਾ ਕਿ ਉਹ ਕਿਸਾਨੀ ਘੋਲ ਦੀ ਅਗਵਾਈ ਕਰ ਰਹੇ, ਪਰ ਜਿਹੜਾ ਮੀਡੀਆ ਤੇ ਘੁੰਮ ਰਿਹਾ ਕਿ ਉਹਨਾਂ ਕਰਕੇ ਇੱਕ ਜਿਹੜਾ ਕੋਈ ਰਜਿੰਦਰ ਆ ਉਹਦੇ ਕਰਕੇ ਵੀ ਉਹ ਇਸ ਤਰੀਕੇ ਦੇ ਨਾਲ ਜਿਹੜਾ ਵੀ ਕਿਸੇ ਸਿੱਖ ਪੰਥਕ ਸ਼ਖਸੀਅਤ ਨੂੰ ਜਿਹੜਾ ਹੈਗਾ ਵੀ ਉਹਨਾਂ ਤੇ ਪਾਬੰਦੀ ਲਾਉਣੀ, ਨੌਜਵਾਨਾਂ ਤੇ ਪਾਬੰਦੀ ਲਾਉਣੀ, ਤਾਂ ਜਿਹੜੀ ਉੱਥੇ ਇੱਕ ਵਾਰ ਇਹ ਵੀ ਕਿਹਾ ਗਿਆ ਕਿ ਨਿਸ਼ਾਨ ਸਾਹਿਬ ਜਿਹੜੇ ਇੱਥੋਂ ਲੈ ਜਾਓ, ਜਿਵੇਂ ਰਾਜੇਵਾਲ ਦਾ ਵੀ ਆ ਕਿ ਨਿਸ਼ਾਨ ਸਾਹਿਬ ਦਾ ਚਲਾਓ ਫੌਜਾਂ ਚੱਲੀ, ਇਸ ਕਰਕੇ ਲੱਗਦਾ ਕਿ ਕਾਮਰੇਡੀ ਸੋਚ ਦਾ ਪ੍ਰਭਾਵ ਆ। ਪਰ ਜਿਸ ਤਰੀਕੇ ਦੇ ਨਾਲ ਮੈਂ ਦੇਖਿਆ ਕਿ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੇ ਬਹੁਤ ਸਾਰੇ ਆਗੂ ਜਾ ਕੇ ਬੋਲੇ ਵੀ ਆ, ਮੈਂ ਵੀ ਖੁਦ ਉੱਥੇ ਗਿਆ ਸੀਗਾ ਤੇ ਮੈਂ ਤਾਂ ਸੰਗਤ ਚ ਬੈਠ ਗਿਆ ਸੀਗਾ, ਮੈਨੂੰ ਉਹਨਾਂ ਨੇ ਸਟੇਜ ਤੇ ਸੱਦ ਕੇ ਤੇ ਟਾਈਮ ਦਿੱਤਾ, ਬੁਲਾਇਆ, ਤੁਸੀਂ ਵੀ ਸੁਣਿਆ ਹੋਊਗਾ, ਤੇ ਆਪਾਂ ਤਾਂ ਪੂਰਾ ਆਪਣਾ ਗੁਰਸਿੱਖੀ ਅਨੁਸਾਰ ਤੇ ਗੁਰਮਤ ਅਨੁਸਾਰ ਤੇ ਸਿੱਖ ਰਾਜ ਦੀ ਗੱਲ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਕੇ ਆਪਾਂ ਆਪਣਾ ਉੱਥੇ ਜਿਹੜਾ ਸੀਗਾ ਸੰਗਤਾਂ ਨੂੰ ਸੰਬੋਧਨ ਕੀਤਾ ਸੀਗਾ। ਪਰ ਜਿਹੜਾ ਇਹ ਟਕਰਾਅ ਚੱਲ ਰਿਹਾ ਉਹ ਨਿਸ਼ਾਨ ਸਾਹਿਬ ਚਾਹੀਦਾ, ਉਹਨਾਂ ਨੂੰ ਜਿਹੜੇ ਸਾਡੇ ਕਾਮਰੇਡ ਗਿਆ ਕਿ ਲੰਗਰ ਕਿਹਨਾਂ ਨੇ ਲਾਏ ਹੋਏ ਆ, ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੇ ਲਾਏ ਆ, ਸਿੱਖ ਸੰਸਥਾਵਾਂ ਨੇ ਲਾਏ, ਸਿੱਖ ਜਥੇਬੰਦੀਆਂ ਨੇ ਲਾਏ ਆ, ਵਿਦੇਸ਼ਾਂ ਚੋਂ ਜਿਹੜੀ ਮਦਦ ਆ ਰਹੀ ਆ ਉਹ ਵੀ ਸਾਰੀ ਕਿਸਾਨੀ ਸਿੱਖਾਂ ਵੱਲੋਂ ਹੀ ਆ ਰਹੀ ਹੈ, ਜਿਹੜੇ ਨਿਸ਼ਾਨ ਸਿੰਘ ਕੇਸਰੀ ਨਿਸ਼ਾਨ ਸਾਹਿਬ ਦੇ ਹੇਠਾਂ ਖੜਨ ਵਾਲੇ ਸਿੱਖ ਆ, ਕੇਸਰੀ ਨਿਸ਼ਾਨ ਸਾਹਿਬ ਝੰਡੇ ਬੁਲੰਦ ਕਰਨ ਵਾਲੇ, ਉਹਨਾਂ ਵੱਲੋਂ ਹੀ ਮਦਦ ਆ ਰਹੀ। ਸੋ ਇਹਨਾਂ ਨੂੰ ਇਹ ਸੋਚਣਾ ਚਾਹੀਦਾ, ਤੇ ਜਿਹੜੇ ਨੌਜਵਾਨ ਨੇ ਭਾਵੇਂ ਉਹ ਅੰਮ੍ਰਿਤਧਾਰੀ ਆ ਭਾਵੇਂ ਕਲੀਨ ਸੇਵ ਆ, ਕਲੀਨ ਸੇਵ ਨੌਜਵਾਨ ਵੀ ਜਜ਼ਬਾ ਰੱਖਦੇ ਆ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ, ਗੁਰੂ ਦੀ ਗੱਲ ਵਾਸਤੇ ਤਿਆਰ ਬਾਰ ਤਿਆਰ ਰਹਿੰਦੇ ਆ। ਚਲੋ ਗੁਰੂ ਕਿਰਪਾ ਕਰੇ ਉਹ ਸਾਬਤ ਸੂਰਤ ਵੀ ਹੁਣ, ਅਸੀਂ ਅਰਦਾਸ ਕਰਦੇ ਹਾਂ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਵੀ ਬਣ, ਪਰ ਜਿਹੜਾ
ਜਿਹੜਾ ਉਹਨਾਂ ਦੇ ਅੰਦਰ ਜਜ਼ਬਾ ਉਹਨੂੰ ਆਪਾਂ ਜਿਹੜਾ ਹੈਗਾ हाँ ਡਿਨਾਈ ਨਹੀਂ ਇਗਨੋਰ ਨਹੀਂ ਕਰ ਸਕਦੇ। ਉਹ ਜਿਸ ਜਜ਼ਬੇ ਦੇ ਨਾਲ ਕੰਮ हाँ ਕਰਦੇ, ਚਾਹੇ ਉਹ ਦੀਪ ਸਿੱਧੂ ਸੀ ਚਾਹੇ ਲੱਖਾ ਸਿਧਾਣਾ, ਤੁਸੀਂ ਦੇਖਿਆ ਹੋਊ 26 ਜਨਵਰੀ ਤੋਂ ਬਾਅਦ 29 ਜਨਵਰੀ ਨੂੰ ਜਦੋਂ ਮੈਂ ਦੇਖਿਆ ਕਿ ਇਸ हाँ ਤਰੀਕੇ ਦਾ ਇੱਕ ਪ੍ਰਚਾਰ ਸ਼ੁਰੂ ਹੋ ਗਿਆ, ਉਹਨਾਂ ਨੂੰ ਡੀਗ੍ਰੇਡ ਕੀਤਾ ਜਾ ਰਿਹਾ, ਗਦਾਰੀ ਦੇ ਟੈਗ, ਮੇਰੇ ਭਾਵੇਂ ਕਿਸੇ ਨਾਲ ਲੱਖ ਮਤਭੇਦ ਹੋਣ ਕਿਸੇ ਮੁੱਦੇ ਤੇ, ਪਰ ਜਿਹੜੇ ਠੀਕ ਹੈ ਮਤਭੇਦ ਉਹ ਜਿਹੜੀ ਛੋਟੇ ਪੈ ਜਾਂਦੇ ਆ, ਜਿੱਥੇ ਕੌਮੀ ਮਸਲਾ ਹੁੰਦਾ ਉੱਥੇ ਮਤਭੇਦਾਂ ਨੂੰ ਪਛਾੜ ਦੇਣਾ ਚਾਹੀਦਾ, ਅੱਖੋਂ ਪਰੋਖੇ ਕਰ ਦੇਣਾ ਚਾਹੀਦਾ। ਮੇਰੀ ਤੁਸੀਂ ਸਟੇਟਮੈਂਟ ਸੁਣੀ ਹੋਏ, 29 ਜਨਵਰੀ ਨੂੰ ਹੀ ਮੈਂ ਬੋਲਿਆ ਕਿ ਭਾਈ ਇਹਨਾਂ ਨੌਜਵਾਨਾਂ ਨੇ ਕੁਝ ਮਾੜਾ ਨਹੀਂ ਕੀਤਾ, ਇਹਨਾਂ ਦੀ ਕੋਈ ਮਾੜੀ ਭਾਵਨਾ ਨਹੀਂ ਕਿਸਾਨੀ ਸੰਘਰਸ਼ ਬਾਰੇ, ਇਹਨਾਂ ਨੇ ਨੌਜਵਾਨਾਂ ਨੂੰ ਲਾਮਬੰਦ ਕੀਤਾ ਪਿੰਡ ਪਿੰਡ ਜਾ ਕੇ, ਚਾਹੇ ਉਹ ਦੀਪ ਸਿੱਧੂ ਸੀ ਜਾਂ ਲੱਖਾ ਸਿਧਾਣਾ ਸੀ, ਵੀ ਇਹਨਾਂ ਨੂੰ ਤੁਸੀਂ ਗਦਾਰੀ ਦੇ ਟੈਗ ਨਾ ਲਓ, ਇਹਨਾਂ ਨੌਜਵਾਨਾਂ ਨੂੰ ਸੰਭਾਲੋ, ਇਹਨਾਂ ਨੌਜਵਾਨਾਂ ਨੂੰ ਨਾਲ ਲਓ। ਪਰ ਉਹਨਾਂ ਆਗੂਆਂ ਦੀ ਕੀ ਭਾਵਨਾ ਇਹ ਤਾਂ ਉਹੀ ਦੱਸ ਸਕਦੇ ਜਾਂ ਤੁਸੀਂ ਸਮਝ ਸਕਦੇ ਆ, ਤੇ ਉਹਨਾਂ हाँ जी ਨੌਜਵਾਨਾਂ ਨੂੰ ਪਾਸੇ ਕਰਨ ਦੀ ਉਹ ਗੱਲ ਕਰੀ ਗਏ। ਅੱਜ ਨੌਜਵਾਨੀ ਚ ਕਾਫੀ ਜਿਹੜਾ ਇਸ ਗੱਲ ਦਾ ਰੋਸ ਆ ਜਿਹੜਾ ਉਹ ਪਾਇਆ ਜਾ ਰਿਹਾ। ਮੈਂ ਤਾਂ ਇੱਕ ਅਰਦਾਸ ਕਰਦਾ ਕਿ ਦੇਖੋ ਕਿੰਨਾ ਲੰਬਾ ਸਮਾਂ ਹੋ ਗਿਆ, ਕਿਸਾਨ ਬਜ਼ੁਰਗ ਬੇਬੇ ਬਾਪੂ ਸਾਡੇ ਜਿਹੜੇ ਆ ਉਹ ਸਰਹੱਦਾਂ ਤੇ ਬੈਠੇ ਆ, ਜਲਦੀ ਤੋਂ ਜਲਦੀ ਇਹਦਾ ਫੈਸਲਾ ਓਕੇ ਹੋਵੇ ਤੇ ਉਹ ਸਾਡੇ ਜਥੇਦਾਰ ਜੀ, ਜਿੱਦਾਂ ਕਿਸਾਨ ਨੂੰ। ਜਿੱਦਾਂ ਤੁਸੀਂ ਗੱਲ ਕੀਤੀ ਹੈ, ਇਦਾਂ ਹੀ ਮਤਲਬ ਜਿਹੜੇ ਬਾਹਰ ਵੀ ਬੈਠੇ ਸਿੱਖ ਜਿੱਥੇ ਵੀ ਬੈਠਾ ਉਹ ਸੋਚਦਾ ਆ, ਪਰ ਇੱਕ ਚੀਜ਼ ਤੇ ਸੋਚਣੀ ਪਊਗੀ ਵੀ ਜਿਹੜਾ ਇਸ ਵੇਲੇ ਸੰਘਰਸ਼ ਕਿਸਾਨੀ ਸੰਘਰਸ਼ ਚੱਲ ਰਿਹਾ ਉਹ ਪੂਰੇ ਦੇਸ਼ ਦਾ ਆ, ਕਿ ਹਾਲੇ ਸਾਡੇ ਮਨਾਂ ਦੇ ਵਿੱਚ ਸਾਨੂੰ ਪਤਾ ਸਾਡੇ ਨਾਲ ਆ ਤਾਜ਼ੀ ਘਟਨਾ ਜਿਹੜੀ ਜਥੇ ਵਾਲੀ ਹੋਈ ਆ ਉਹਨੂੰ ਲੰਘਣ ਨਹੀਂ ਦਿੱਤਾ, ਹੋਰ ਸਾਡੇ ਨਾਲ ਵਿਤਕਰੇ ਵਿੱਚ ਐਜ ਸਿੱਖਾਂ ਸਿੱਖ ਨਾਲ ਤੇ ਬਹੁਤ ਹੋ ਰਿਹਾ ਆ, ਪਰ ਫੇਰ ਵੀ ਅਸੀਂ ਇਹਨੂੰ ਸਿੱਖੀ ਸੰਘਰਸ਼ ਦੇ ਨਾਲ ਸਿੱਖੀ ਸੋਚ ਦੇ ਨਾਲ ਜਾਂ ਕੱਲਾ ਸਿੱਖਾਂ ਦਾ ਮੋਰਚਾ ਜਾਂ ਕੱਲਾ ਪੰਜਾਬ ਦਾ ਮੋਰਚਾ ਤੇ ਨਹੀਂ ਨਾ ਸਮਝ ਸਕਦੇ। ਨਹੀਂ ਬਿਲਕੁਲ, ਇਹ ਗੱਲ ਜ਼ਰੂਰ ਧਿਆਨ 'ਚ ਰੱਖਣੀ ਚਾਹੀਦੀ। ਮੈਂ ਇਹ ਸਮਝਦਾ ਵਾਂ ਕਿ ਇਹ ਕੇਵਲ ਕਿਸਾਨੀ ਮੰਗਾਂ ਨੂੰ ਲੈ ਕੇ ਮੋਰਚਾ ਲੱਗਾ ਵਾ, ਪਰ ਆਪਾਂ ਇਹ ਨਹੀਂ ਹੈ ਕਿ ਕੇਵਲ ਕਿਸਾਨੀ ਮੋਰਚਾ ਦੀ ਗੱਲ ਤੇ ਆਪਣੀਆਂ ਜਿਹੜੀਆਂ ਸਾਡੀਆਂ ਪੰਥਕ ਰੋ ਰੀਤਾਂ ਮਰਿਆਦ ਉਹ ਪਰੋਖੇ ਕਰ ਦਿਓ, ਅਸੀਂ ਨਿਸ਼ਾਨ ਸਾਹਿਬ ਦੀ ਵੀ हाँ ਤੁਹੀਨ ਕਰਵਾ ਲਈਏ, ਸਿੱਖ ਮਰਿਆਦਾ ਦੀ ਤੁਹੀਨ ਕਰਾ ਲਈਏ, ਇਹ ਨਹੀਂ। ਹੁਣ ਜਿਹੜੇ ਵਿਦੇਸ਼ਾਂ ਠੀਕ ਸਾਡੇ ਉਹਨਾਂ ਕਾਂਗਰੇਡ ਭਰਾਵਾਂ ਨੂੰ ਇਹ ਸੋਚਣਾ ਚਾਹੀਦਾ, ਉਹਨਾਂ ਆਗੂਆਂ ਨੂੰ, ਕਿ ਜਿਹੜੇ ਅਮਰੀਕਾ ਤੋਂ, ਕੈਨੇਡਾ, ਇੰਗਲੈਂਡ, ਜਰਮਨ, ਫਰਾਂਸ ਵਿਦੇਸ਼ਾਂ ਤੋਂ ਸਿੱਖ ਜਿਹੜੇ ਇਸ ਮੋਰਚੇ 'ਚ ਮਦਦ ਕਰ ਰਹੇ ਆ, ਉਹਨਾਂ ਕੋਈ ਨਰਮੇ ਦਾ ਭਾਅ ਥੋੜੀ ਵਧਾਉਣਾ ਆਪਣਾ, ਉਹਨਾਂ ਕੋਈ ਆਪਣੇ ਠੀਕ ਹੈ ਝੋਨੇ ਦਾ ਭਾਅ ਥੋੜੀ ਵਧਾਉਣਾ। ਬਹੁਤਿਆਂ ਦੀਆਂ ਤਾਂ ਹਾਂ ਜੀ ਜ਼ਮੀਨਾਂ ਹੀ ਨਹੀਂ ਹੈਗੀਆਂ, ਅੱਗੇ ਉਹ ਤਾਂ ਸਾਰਾ ਕੁਝ ਛੱਡ ਕੇ ਉੱਧਰ ਚਲੇ ਗਏ, ਪਰ ਇਸ ਮੋਰਚੇ ਨੂੰ ਉਹ ਸਮਰਥਨ ਕਰ ਰਹੇ ਆ, ਉਹ ਲੰਗਰਾਂ 'ਚ ਵੀ ਮਦਦ ਕਰ ਰਹੇ ਆ, ਉਹ ਸ਼ਹੀਦ ਪਰਿਵਾਰ ਜਿਹੜੇ ਸਾਡੇ 200 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਉਹਨਾਂ ਨੂੰ ਮਦਦ ਕਰ ਰਹੇ ਆ। ਆ ਨੌਜਵਾਨ ਨਵਰੀਤ ਸਿੰਘ ਸ਼ਹੀਦ ਹੋ ਗਿਆ, ਦੇਖੋ 26 ਵਾਲੇ ਦਿਨ ਉਹਦੇ ਪਰਿਵਾਰ ਨੂੰ हाँ ਮਦਦ, जी ਹੋਰਾਂ ਨੂੰ ਮਦਦ ਕਰ ਰਹੇ ਜਿਹੜੇ ਵਿਦੇਸ਼ਾਂ 'ਚ, ਉਹਨਾਂ ਭਰਾਵਾਂ ਨੂੰ ਸੋਚਣਾ ਚਾਹੀਦਾ ਵੀ ਇਹਨਾਂ ਕਿਹੜਾ ਨਰਮੇ ਦਾ ਵਧਾਉਣਾ, ਇਹਨਾਂ ਦੀਆਂ ਭਾਵਨਾਵਾਂ ਨੂੰ ਠੀਕ ਅਸੀਂ ਕਿਸੇ ਤਰੀਕੇ ਦੇ ਨਾਲ ਵੀ ਆਹਤ ਨਾ ਕਰੀਏ, ਇਹਨਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਨਾ ਲਾਈਏ। ਜੇ ਠੀਕ ਆ ਕਿ ਸੰਘਰਸ਼ ਕੇਵਲ ਸਿੱਖਾਂ ਦਾ ਨਹੀਂ ਆ, ਦੂਜੀ ਪਰ ਤੁਰਿਆ ਠੀਕ ਹੈ ਪੰਜਾਬ 'ਚੋਂ ਆ, ਫਿਰ ਹਰਿਆਣਾ ਚੜਿਆ, ਫਿਰ ਯੂਪੀ ਆ, ਫਿਰ ਰਾਜਸਥਾਨ, ਫਿਰ ਕਰਨਾਟਕਾ, ਫਿਰ ਉੜੀਸਾ, ਕੇਰਲਾ, ਮਹਾਰਾਸ਼ਟਰ, ਸਾਰੀ ਜਗ੍ਹਾ ਦੇ ਕਿਸਾਨ ਆਏ। ਕਿਸਾਨੀ ਦਾ ਸੰਘਰਸ਼ ਆ, ਕਿਸੇ ਇਹ ਧਰਮ ਕਿਸੇ ਇੱਕ ਧਰਮ ਦਾ ਜਾਂ ਇੱਕ ਭਾਈਚਾਰੇ ਦਾ ਨਹੀਂ ਆ, ਪਰ ਉਹ ਜਿਹੜੇ ਆਗੂ ਆ ਉਹਨਾਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਕਿ ਇਹ ਜਿਹੜੇ ਵਿਦੇਸ਼ਾਂ 'ਚੋਂ, ਦੁਨੀਆ ਭਰ 'ਚੋਂ ਮਦਦ ਕਰ ਰਹੇ ਆ ਨਾ, ਇਹਨਾਂ ਦੀਆਂ ਹਾਂ ਜੀ ਭਾਵਨਾਵਾਂ ਨੂੰ ਅਸੀਂ ਠੇਸ ਨਾ ਦਈਏ। ਤੁਸੀਂ ਕਿਸਾਨ ਸਾਹਿਬ ਦੇ ਖਿਲਾਫ ਬੋਲੋਗੇ ਜਾਂ ਨਿਹੰਗ ਸਿੰਘ ਫੌਜਾਂ ਦੇ ਖਿਲਾਫ ਬੋਲੋਗੇ ਤਾਂ ਫਿਰ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਲੱਗੂ, ਕਿਵੇਂ ਮਦਦ ਕਰਨਗੇ। ਸੋ ਇਸ ਕਾਰਨ ਕਰਕੇ ਇਹ ਠੀਕ ਹੈ ਚੀਜ਼ ਨੂੰ ਸੋਚਣਾ ਹੈ। ਮੈਂ ਇਹ ਜ਼ਰੂਰ ਬੇਨਤੀ ਕਰਦਾ ਕਿ ਇਹ ਸੰਘਰਸ਼ ਜ਼ਰੂਰ ਕਿਸਾਨੀ ਮੰਗਾਂ ਦਾ ਵਾ, ਕਿਸਾਨ ਮੁੱਦਿਆਂ ਦਾ ਵਾ। ਠੀਕ ਆ, ਉਸ ਵੇਲੇ ਠੀਕ ਹੈ ਸਾਨੂੰ ਇੱਧਰ ਹੀ ਧਿਆਨ ਦੇਣਾ ਚਾਹੀਦਾ ਕਿ ਉਹ ਨਹੀਂ ਸੀ ਉੱਧਰ ਲਾਲ ਕਿਲੇ ਵਾਲੇ ਪਾਸੇ ਨੂੰ ਨਾ ਜਾਂਦੇ, ਨਾ ਝੰਡਾ ਝੁਲਾਉਂਦੇ, ਪਰ ਜੇ ਝੁਲਾ ਦਿੱਤਾ ਤਾਂ ਕੋਈ ਅੱਖ ਥੋੜੀ ਆ ਗਈ ਹੈ, ਕੋਈ ਜੇ ਝੁਲਾ ਠੀਕ ਦਿੱਤਾ ਉੱਥੇ, ਤੇ ਸਾਡੇ ਆਗੂਆਂ ਨੂੰ ਕਹਿਣਾ ਚਾਹੀਦਾ ਸੀ ਏਡਾ ਵੱਡਾ ਇਕੱਠ ਆ, ਕੁਝ ਉੱਧਰ ਨੂੰ ਚਲੇ ਗਏ, ਕੋਈ ਨੀ, ਉਹਨਾਂ ਨੇ ਤਿਰੰਗੇ ਦਾ ਅਪਮਾਨ ਨਹੀਂ ਕੀਤਾ, ਤਿਰੰਗੇ ਦਾ ਮੋਢਿਆਂ ਤੇ ਉਹਨਾਂ ਨੇ ਹੱਥਾਂ 'ਚ ਫੜੇ, ਮੋਢਿਆਂ ਤੋਂ ਉੱਚੇ ਕਰਕੇ ਲੈ ਕੇ ਜਾ ਰਹੇ ਸੀਗੇ, ਕਿਸੇ ਨੇ ਤਿਰੰਗੇ ਦਾ ਤਿਰੰਗੇ ਨੂੰ ਤਾਂ ਸਮਾਂ ਪੁਲਿਸ ਵਾਲੇ ਆਪ ਟਰੈਕਟਰਾਂ ਤੋਂ ਤੋੜਦੇ ਦੇਖੇ ਗਏ ਆ, ਵੀਡੀਓ ਹੁਣ ਪੁਲਿਸ ਉਹਨਾਂ ਨੇ ਵਾਲੇ ਬੇਅਦਬੀ ਕਰ ਰਹੇ। ਕਮਜ਼ੋਰੀ ਮੈਂ ਸਮਝਦਾ ਕਿ ਉਹਨਾਂ ਦੀ ਕਮਜ਼ੋਰੀ ਹੈ ਕਿ ਉਹਨਾਂ ਨੇ ਖੁਦ ਹੀ ਇੰਨਾ ਰੌਲਾ ਪਾ ਲਿਆ ਕਿ ਆ ਜਿਹੜੇ ਮੁਕੱਦਮੇ ਦਰਜ ਹੋ ਗਏ, ਗ੍ਰਿਫਤਾਰੀਆਂ ਹੋ ਗਈਆਂ, ਨਾਮ ਰੱਖੇ ਗਏ, ਇਹ ਆਗੂਆਂ ਦੀ ਕਮਜ਼ੋਰੀ ਹੈ। ਹਾਂ ਪਹਿਲਾਂ ਵੀ ਮੈਂ ਸਮਝਦਾ ਕੁਝ ਕਮਜ਼ੋਰੀ ਰਹੀ ਹੈ ਤਾਂ ਜਿਹੜੇ ਇਹਨਾਂ ਮਸਲਿਆਂ ਤੇ ਉਹ ਦੇਖਣ ਵੀ ਸਹੀ ਗੱਲ ਕੀ ਆ, ਤਿੰਨੇ ਬਿੱਲ ਰੱਦ ਠੀਕ ਹੈ ਕਰਕੇ ਸਹੀ ਗੱਲ ਆ, ਤਿੰਨੇ ਬਿੱਲ ਜਿਹੜੇ ਆ ਰੱਦ ਹੋਣ ਦੇ ਨਾਲ ਸਾਨੂੰ ਫਾਇਦਾ ਵਾ, ਕਿ ਜਾਂ MSP ਗਰੰਟਡ ਕੀਤੇ ਤੇ ਸਾਨੂੰ ਫਾਇਦਾ ਵਾ,
ਇਹ ਜ਼ਰੂਰ ਕਿਸਾਨਾਂ ਨੂੰ ਸੋਚਣਾ ਚਾਹੀਦਾ ਇਸ ਪਾਸੇ, ਸਾਨੂੰ ਇਹ ਲਮਕਾਉਣਾ ਨਹੀਂ ਚਾਹੀਦਾ, ਜਲਦੀ ਇਹਦਾ ਨਿਬੇੜਾ ਕਰਨਾ ਚਾਹੀਦਾ, ਕੇਂਦਰ ਸਰਕਾਰ ਨੂੰ ਮਜਬੂਰ ਕਰੀਏ ਕਿ ਉਹ ਜਲਦੀ ਫੈਸਲੇ ਤੇ ਆਵੇ। ਜੇ ਕੇਂਦਰ ਸਰਕਾਰ ਕਹਿੰਦੀ ਹੈ ਕਿ ਜਲਦ, ਉਹ ਕੇਂਦਰ ਸਰਕਾਰ ਕਹਿ ਰਹੀ ਕਿ ਜਲਦ ਸਾਡੀ ਰਹਿਣ ਦਿਓ, ਕਿਤਾਬ ਆਪਣੀ ਲਿਖ ਲਓ, ਬਰਤਨ ਆਪਣਾ ਲੈ ਲਓ, ਸਾਡਾ ਰਹਿਣ ਦਿਓ, ਵਿੱਚ ਸਮਾਨ ਆਪਣਾ ਪਾ ਲਓ। ਤੇ ਆਪਾਂ ਨੂੰ ਇਹ ਵੀ ਵੇਖਣਾ ਪਊਗਾ ਕਿ ਬਾਕੀ ਵੀ ਹੁਣ ਜੇ ਸਰਕਾਰ ਇਸ ਗੱਲ ਦੀ ਜਿੱਦ ਰੱਦ ਨਹੀਂ ਕਰਨੇ, ਧਰਤੀ ਦੇ ਨਾਲ ਸੰਘਰਸ਼ ਨੂੰ ਹੋਰ ਹਾਂਜੀ ਲਾਮਬੰਦ ਕਰੀਏ ਕਿ ਪੀਸਫੁਲੀ ਅਮਨ ਸ਼ਾਂਤੀ ਨਾਲ ਸਾਡਾ ਸੰਘਰਸ਼ ਇੰਨਾ ਸਟਰੋਂਗ ਹੋ ਜਾਵੇ ਕਿ ਕੇਂਦਰ ਸਰਕਾਰ ਸਾਡੀਆਂ ਮੰਗਾਂ ਮੰਨਣ ਵਾਸਤੇ ਮਜਬੂਰ ਹੋ ਜਾਵੇ। ਪਰ ਸਾਨੂੰ ਇਹ ਜ਼ਰੂਰ ਦੇਖਣਾ ਚਾਹੀਦਾ, ਅਸੀਂ ਤਾਂ ਆਪਸ ਵਿੱਚ ਹੀ ਭਾਈਚਾਰਾ, ਅਸੀਂ ਤਾਂ ਵੀ ਭਾਈਚਾਰਾ ਰੱਖਣਾ, ਸੰਘਰਸ਼ ਚੱਲ ਰਿਹਾ, ਮਸਲਾ ਚੱਲ ਰਿਹਾ, ਹੱਲ ਹੋਊਗਾ, ਪਰ ਅਸੀਂ ਆਪਣਾ ਭਾਈਚਾਰਾ ਨਹੀਂ ਤੋੜਨਾ, ਨੌਜਵਾਨ ਤੇ ਬਜ਼ੁਰਗ ਏਕਤਾ ਨਹੀਂ ਤੋੜਨੀ, ਹਿੰਦੂ ਸਿੱਖ ਮੁਸਲਮਾਨ ਈਸਾਈ ਭਾਈਚਾਰਾ ਨਹੀਂ ਤੋੜਨਾ। ਅਸੀਂ ਜਿਹੜੇ ਇੱਥੇ ਰਹਿੰਦੇ ਹਰ ਗੱਲ ਦਾ ਸਾਨੂੰ ਖਿਆਲ ਰੱਖ ਕੇ ਚੱਲਣ ਦੀ ਲੋੜ ਹੈ। ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਇਹਦੇ ਲਾਲ ਕਿਲੇ ਵਾਲੇ ਪਾਸੇ ਤਾਂ ਗੱਲ ਘੱਟ, ਜਿਹੜਾ ਸਰਕਾਰ ਨੇ ਰੂਟ ਦਿੱਤਾ ਸੀਗਾ, ਜਿੱਧਰ ਚਾਹੇ ਉਗਰਾਹਾਂ ਗਰੁੱਪ ਗਿਆ, ਚਾਹੇ ਰਾਜੀਵਾਲ ਗਰੁੱਪ ਗਿਆ, ਯੂਨੀਅਨਾਂ ਜਿਹੜਾ ਰੂਟ ਦਿੱਤਾ ਸੀ, ਉੱਧਰ ਪਾਸੇ ਤਾਂ ਹਿੰਸਾ ਜ਼ਿਆਦਾ ਹੋਈ ਹੈ, ਉੱਧਰ ਤਾਂ ਮਾਰ ਕੁਟਾਈ ਜ਼ਿਆਦਾ ਹੋਈ ਹੈ ਕਿਸਾਨਾਂ ਦੀ, ਉਸ ਪਾਸੇ ਤਾਂ ਇੱਧਰ ਧਿਆਨ ਨਹੀਂ ਦਿੱਤਾ, ਜੋ ਪੜ੍ਹੇ ਗਿਆ, ਜੋ ਵੇਖਿਆ ਗਿਆ, ਉਸ ਪਾਸੇ ਸਾਡੇ ਕਿੰਨੇ ਨੌਜਵਾਨ ਆ, ਉਹਨਾਂ ਦੀਆਂ ਬਾਹਾਂ ਟੁੱਟੀਆਂ, ਅੱਜ ਉਹ ਪੰਜਾਬ ਚ ਆ ਕੇ ਇਲਾਜ ਕਰਾ ਰਹੇ ਆਪਣਾ। ਉਹ ਕਹਿੰਦੇ ਅਸੀਂ ਤਾਂ ਉਸ ਰੂਟ ਤੇ ਸੀ ਜਿਹੜਾ ਪੁਲਿਸ ਨੇ ਦਿੱਤਾ ਸੀ, ਸਰਕਾਰ ਨੇ ਦਿੱਤਾ ਸੀ ਤੇ ਯੂਨੀਅਨਾਂ ਨੇ ਲਿਆ ਸੀ, ਅਸੀਂ ਤਾਂ ਉਸ ਰੂਟ ਤੇ ਸੀ, ਪਰ ਸਾਨੂੰ ਕਿਹੜਾ ਲੱਗਦਾ ਸੀਗਾ ਉਹ ਮੇਰੇ ਯਾਦ ਨਹੀਂ, ਹੁਣ ਔਰੰਗਜ਼ੇਬ ਦਾ ਨਾਂ ਆ ਰਿਹਾ, ਉੱਥੇ ਕਿੰਨੀ ਬੁਰੀ ਤਰ੍ਹਾਂ ਦੇ ਨਾਲ ਹਾਂਜੀ ਸ਼ਾਇਦ ਨਾਂ ਜਹਿਦਾ ਜੀ ਜਿੱਦਾਂ ਨੂੰ ਕਹਿੰਦੇ ਸ਼ਾਇਦ ਉੱਥੇ। ਹਾਂਜੀ 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 ਜਹਿਦਾ ਜੀ, ਜਿੱਦਾਂ 11 ਮੀਟਿੰਗਾਂ 26 ਜਨਵਰੀ ਤੋਂ ਪਹਿਲਾਂ ਪਹਿਲਾਂ ਹੋ ਚੁੱਕੀਆਂ, ਉਸ ਤੋਂ ਬਾਅਦ ਡੈਡ ਲੌਕ ਆ, ਉਹ ਟੁੱਟਣ ਦਾ ਨਾਂ ਨਹੀਂ ਲੈਂਦਾ, ਚਾਹੇ ਬਜਟ ਸੈਸ਼ਨ ਦੌਰਾਨ ਆਪੋਜੀਸ਼ਨ ਵੀ ਬਹੁਤ ਜ਼ੋਰ ਲਾਇਆ ਜਾਂ ਕਿਸਾਨ ਵੀ ਲਾ ਰਿਹਾ, ਤੇ ਪ੍ਰਧਾਨ ਮੰਤਰੀ ਨੇ ਤੇ ਇੱਥੇ ਤੱਕ ਵੀ ਕਹਿਤਾ ਕਿ ਪਰਜੀ ਵੀ ਆ, ਤੇ ਕਈ ਤਰ੍ਹਾਂ ਦੇ ਮਤਲਬ ਖਿਤਾਬ ਵੀ ਦਿੱਤੇ ਗਏ ਕਿਸਾਨਾਂ ਨੂੰ। ਹੁਣ ਜਿੱਦਾਂ ਤੁਸੀਂ ਸਲਾਹ ਦਿੱਤੀ ਆ, ਤੁਸੀਂ ਗੱਲ ਕੀਤੀ ਆ ਵੀ ਕਿਤੇ ਨਾ ਕਿਤੇ ਕਿਸਾਨਾਂ ਨੂੰ ਸੋਚ ਲੈਣਾ ਚਾਹੀਦਾ ਵੀ ਚਲੋ ਜੇ ਉਹ ਕਿਤਾਬ ਕਿਸਾਨਾਂ ਦੀ ਰੱਖਣੀ ਚਾਹੁੰਦੇ ਆ, ਜਲਦ ਬਦਲਦੀ ਜਲਦ ਕਹਿੰਦੇ ਸਾਡੀ ਰਹਿਣ ਦਿਓ, ਜਾਂ ਤੁਹਾਨੂੰ ਲੱਗਦਾ ਵੀ ਕਿਸਾਨ ਜਿਹੜਾ ਜੇ ਜਿੰਨਾ ਮੋਰਚਾ ਲੰਮਾ ਹੋ ਰਿਹਾ ਉਹਨਾਂ ਜਿਹੜੀਆਂ ਸਰਕਾਰ ਦਾ ਦਬਦਬਾ ਵਧੀ ਜਾਊਗਾ ਤੇ ਕਿਸਾਨਾਂ ਦਾ ਘੱਟ ਜਾਊਗਾ, ਤੇ ਹੁਣ ਇਸ ਵੇਲੇ ਕੀ ਮਤਲਬ ਕਿਸਾਨਾਂ ਜਥੇਬੰਦੀਆਂ ਨੂੰ ਕੀ ਕਰਨਾ ਚਾਹੀਦਾ? ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਭਾਈ ਰਘਵੀਰ ਸਿੰਘ ਜੀ, ਦੇਖੋ ਸਾਨੂੰ ਫਾਇਦਾ ਕਿਸ ਗੱਲ ਵਿੱਚ ਆ, ਕਿਸਾਨਾਂ ਨੂੰ ਇਹ ਜ਼ਰੂਰ ਦੇਖਣਾ ਚਾਹੀਦਾ। ਦੂਜਾ ਸਾਡੇ ਹਾਲਾਤ ਕੀ, 26 ਜਨਵਰੀ ਤੋਂ ਬਾਅਦ ਸਾਰੇ ਆਗੂਆਂ ਤੇ ਤਾਂ 307 ਦੇ ਪਰਚੇ ਹੋ ਗਏ, ਤੇ ਹੁਣ ਤੁਸੀਂ ਮੈਨੂੰ ਦੱਸੋ ਵੀ ਜਿਨ੍ਹਾਂ ਤੇ 307 ਦੇ ਪਰਚੇ ਆ ਉਹਨਾਂ ਨੂੰ ਵਿਗਿਆਨ ਭਵਨ ਚ ਬਹਾ ਕੇ ਤਾਂ ਗੱਲ ਨਹੀਂ ਕਰ ਸਕਦੇ। ਹੁਣ ਜਿਹਦੇ ਤੇ 307 ਇਰਾਦਾ ਕਤਲ ਦਾ, ਭਾਵੇਂ ਆਪਣੇ ਕਿੱਦਾਂ ਪਾਏ, ਝੂਠੇ ਪਾਏ, ਉਹ ਉੱਧਰ ਗਏ ਵੀ ਨਹੀਂ ਸੀਗੇ ਆਗੂ ਜਿੱਧਰ ਉਹਨਾਂ ਦੇ ਪਰਚੇ ਪਾਤੇ, ਉਹਨਾਂ ਰਾਹਾਂ ਦੇ ਠੀਕ ਹੈ ਉਹਨਾਂ ਘਟਨਾਵਾਂ ਮਤਲਬ ਕਿਵੇਂ ਹੋਊਗੀ। ਹੁਣ ਆਪਣੇ ਬੱਚੇ ਰੱਦ ਕਰਾ ਕੇ ਵੀ ਇਹ ਝੂਠੇ ਪਰਚੇ ਆ, ਇਹਨਾਂ ਨੂੰ ਰੱਦ ਕੀਤਾ ਜਾਵੇ, ਤੇ ਰੱਦ ਕਰਕੇ ਫਿਰ ਸਾਡੀ ਗੱਲਬਾਤ ਜਿਹੜੀ ਆ ਉਹ ਕੀਤੀ ਜਾਵੇ। ਪਰ ਜਿਹੜਾ ਸਰਕਾਰ ਦਾ ਰਵੱਈਆ ਉਹ ਤੁਹਾਡੇ ਸਾਹਮਣੇ ਆ, ਉਹ ਸਰਕਾਰ ਕਿਸ ਤਰੀਕੇ ਨਾਲ ਦੇਖ। ਹੁਣ ਜੇਕਰ ਆਪਾਂ ਨੂੰ ਇਸ ਸਾਰੇ ਪੱਖਾਂ ਤੋਂ ਵੇਖਣਾ ਪਊਗਾ, ਜਿੱਡੀ ਵੱਡੀ ਲੜਾਈ ਆ ਜੇ ਕੇਂਦਰ ਸਰਕਾਰ ਨਾਲ ਲੜਾਈ ਲੜੀ ਜਾ ਰਹੀ, ਪਰ ਇਹਦੇ ਚ ਸਭ ਤੋਂ ਵੱਡੀ ਗੱਲ ਸਾਡੀ ਨੌਜਵਾਨ ਬਜ਼ੁਰਗ ਏਕਤਾ ਟੁੱਟਣੀ ਚਾਹੀਦੀ ਗੱਲ, ਤੇ ਇਹ ਵੀ ਵੇਖਣਾ ਚਾਹੀਦਾ ਕਿ ਅਸੀਂ ਸਟਰੋਂਗ ਹੋ ਰਹੇ ਹਾਂ ਕਿ ਵੀਕ ਹੋ ਰਹੇ ਹਾਂ, ਹਰ ਗੱਲ ਦਾ ਐਨਾਲਿਸਿਸ ਹੋਣਾ ਚਾਹੀਦਾ। ਤੇ ਮੈਨੂੰ ਲੱਗਦਾ ਕਿ ਉਹ ਕਰਦੇ ਹੋਣਗੇ, ਆਗੂ ਭੋਲਾਂ ਚੋਂ ਹੀ ਲੰਘੇ ਆ, ਹੁਣ ਤੱਕ ਉਹਨਾਂ ਨੇ ਡੀਸੀ ਦੇ SDM ਦੇ ਦਫ਼ਤਰ ਹੀ ਘੇਰੇ ਆ ਪੰਜਾਬ ਦੇ ਅੰਦਰ ਵੀ ਕਿਸਾਨੀ ਮੰਗਾਂ ਵਾਸਤੇ, ਤੇ ਉਹਨਾਂ ਨੂੰ ਵੀ ਚਾਨਣ ਹੋਊਗਾ ਇਸ ਗੱਲ ਦਾ ਵੀ ਕੀ ਹੋ ਰਿਹਾ। ਪਰ ਜਿਸ ਤਰੀਕੇ ਨਾਲ ਹੁਣ ਤੁਸੀਂ ਕਿਹਾ ਸਰਕਾਰ ਚੁੱਪ ਆ, ਉਹ ਸਰਕਾਰ ਤਾਂ ਵਾ ਕਿ ਹੁਣ ਗੱਲ ਕਰੇ ਕਿੱਦਾਂ ਵਿਗਿਆਨ ਭਵਨ ਚ, ਹੁਣ ਉਹ ਤਾਂ ਜਾ ਕੇ ਨਹੀਂ ਬਹਿ ਸਕਦੇ ਜਿਹਨਾਂ ਦੇ 307 ਦੇ ਮੁਕੱਦਮੇ ਆ, ਹੁਣ ਗੱਲਬਾਤ ਹੋਵੇ ਕਿਹਦੇ ਨਾਲ, ਰਾਹ ਨਿਕਲੂ ਕਿਵੇਂ ਹੁਣ।
ਇਹ ਸਾਰਾ ਕੁਝ ਸੋਚਣਾ ਪੈਣਾ। ਮੈਂ ਸਮਝਦਾ ਜਿਹੜੀਆਂ ਸਾਡੀਆਂ ਪੰਥਕ ਜਥੇਬੰਦੀਆਂ ਨੇ ਜਾਂ ਹੋਰ ਨੇ, ਸਾਰਿਆਂ ਨੂੰ ਇਹਦੇ ਵਿੱਚ ਰੋਲ ਅਦਾ ਕਰਨਾ ਚਾਹੀਦਾ ਕਿ ਇਹਦਾ ਫੈਸਲਾ ਹੋਵੇ, ਹੱਲ ਹੋਵੇ। ਕਿਸਾਨ ਜਿਹੜੇ ਆਪਣੀਆਂ ਮੰਗਾਂ ਮੰਗਣਾ ਮਨਵਾ ਕੇ ਘਰਾਂ ਨੂੰ ਆਉਣ, ਬਜ਼ੁਰਗ ਬਾਬੇ ਕਿੰਨਾ ਚਿਰ ਬੈਠੇ ਰਹਿਣਗੇ ਉੱਥੇ? ਹੁਣ ਸਿਆਲ ਦੇ ਵਿੱਚ ਅੱਧ ਦੀ ਸਰਦੀ ਦੇ ਵਿੱਚ ਸਮਾਂ ਕੱਢਿਆ ਉੱਥੇ ਠੰਡਿਆਂ ਪਾਣੀਆਂ ਨਾਲ ਨਹਾ ਕੇ, ਪਰ ਚਲੋ ਟਰਾਲੀਆਂ ਚ ਰਜਾਈਆਂ ਤੇ ਸੌ ਲਿਆ। ਹੁਣ ਤਾਂ ਅਗਾਂਹ ਗਰਮੀ ਆ ਗਈ, ਮੱਛਰ ਆ ਗਏ, ਇੱਕ ਬੁਰਾ ਇਲਾਕਾ ਤੁਸੀਂ ਦੇਖਿਆ ਉਹ ਟਿਕਰੀ ਬਾਰਡਰ ਵਾਲੇ ਪਾਸੇ ਦਾ ਕਿਵੇਂ ਗੰਦੇ ਪਾਣੀ ਦੇ ਨਾਲੇ ਆ, ਉੱਥੇ ਮੱਛਰ ਜਿਹੜਾ ਮੱਛਰ ਨਾਲ ਮਲੇਰੀਆ ਫੈਲਣਾ, ਕਿੱਦਾਂ ਦੀਆਂ ਜਿਹੜੀਆਂ ਘਟਨਾਵਾਂ ਸਾਹਮਣੇ ਆਉਣੀਆਂ। ਸਾਨੂੰ ਆਪਣੇ ਬਜ਼ੁਰਗਾਂ ਦੀ ਦੇਖਭਾਲ ਕਰਦਿਆਂ, ਨੌਜਵਾਨਾਂ ਦੀ, ਬੱਚਿਆਂ ਦੀ, ਸਾਨੂੰ ਇਸ ਇਹੋ ਜਿਹੀਆਂ ਸਟ੍ਰੈਟਜੀਆਂ ਬਣਾਉਣੀਆਂ ਚਾਹੀਦੀਆਂ ਵੀ ਸਾਡੀਆਂ ਮੰਗਾਂ ਵੀ ਮੰਨੀਆਂ ਜਾਣ ਤੇ ਫੈਸਲਾ ਵੀ ਛੇਤੀ ਹੋ ਜਾਵੇ, ਤੇ ਸਾਡੀ ਏਕਤਾ ਖਾਕ ਵੀ ਬਣਿਆ ਰਹੇ, ਨੁਕਸਾਨ ਵੀ ਕੋਈ ਨਾ ਹੋਵੇ, ਪੀਸਫੁਲ ਤਰੀਕੇ ਨਾਲ ਹਰ ਪੱਖ ਨੂੰ ਜਿਹੜਾ ਸਾਨੂੰ ਦੇਖਣਾ ਪਊ। ਮੈਂ ਹਾਂ, ਆਪਣੇ ਕਿਉਂਕਿ ਉਹਨਾਂ ਨੂੰ ਜ਼ਰੂਰ, ਨੌਜਵਾਨ ਜਿਹੜੇ ਸਾਡੇ ਨੌਜਵਾਨ ਫੜੇ ਗਏ ਆ, ਹੁਣ ਇੱਕ ਉਹ ਬੀਬੀ ਨੌਦੀਪ ਹਾਂਜੀ ਕੌਰ ਆ, ਉਹ ਚਾਹੇ ਕਹਿ ਤਾਂ ਜੀ ਹਾਂਜੀ ਇਹ ਤਾਂ ਸਾਡੇ ਕਿਸਾਨ ਸੰਘਰਸ਼ ਦਾ ਹਿੱਸਾ ਹੀ ਨਹੀਂ, ਪਰ ਉਹ ਬੀਬੀ ਤਾਂ ਹੈ। ਜੇ ਤੁਹਾਨੂੰ ਲੱਗਦਾ ਕਿ ਉਹਦੇ ਨਾਲ ਧੱਕਾ ਹੋਇਆ, ਬੇਇਨਸਾਫੀ ਹੋਈ ਆ, ਗੱਲ ਸਾਹਮਣੇ ਆ ਰਹੀ ਆ, ਆਪਾਂ ਤਾਂ ਗਊ ਗਰੀਬ ਦੀ ਰੱਖਿਆ ਕਰਨੀ, ਉਹਦੀ ਵੀ ਮਦਦ ਕਰਨੀ ਸਾਡਾ ਫਰਜ਼ ਬਣਦਾ ਕਿ ਜੇ ਉਹਦੇ ਨਾਲ ਧੱਕਾ ਠੀਕ ਕਿਉਂ ਹੈ। ਹੋ ਰਿਹਾ? ਜਿਹੜੇ ਸਾਡੇ ਨੌਜਵਾਨ ਹਾਂਜੀ ਸਾਡਾ ਹਾਂਜੀ ਹੀ ਹਿੱਸਾ ਨੇ, ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਡੱਕਿਆ ਜਾ ਰਿਹਾ। ਕਿੰਨਾ ਬਜ਼ੁਰਗ ਬਾਬੇ ਜਿਹੜੇ ਹੁਣ ਰਿਹਾ ਹੋ ਕੇ ਜਮਾਨਤ ਤੇ ਆਏ, ਉਹਨਾਂ ਦੱਸਿਆ ਵੀ ਕਿੰਨਾ ਤਸ਼ੱਦਦ ਹੋਇਆ, ਕਿੰਨੇ ਤਸ਼ੱਦਦ ਦੇ ਦੌਰ ਚੋਂ ਲੰਘੇ ਆ ਉਹ, ਉਹਨਾਂ ਦੀ ਬਾਂਹ ਫੜਨੀ, ਉਹਨਾਂ ਨੂੰ ਵੇਖ ਕੇ ਸਾਨੂੰ ਹਰ ਪੱਖ ਤੋਂ ਫੈਸਲੇ ਜਿਹੜੇ ਆ ਉਹ ਲੈਣੇ ਚਾਹੀਦੇ, ਸਾਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ ਸਾਰੇ, ਉਹਨਾਂ ਦੇ ਆਗੂ ਜਿੰਨੇ ਆ। ਮੈਂ ਸਮਝਦਾ ਬਹੁਤ ਹਾਂਜੀ ਸਾਰੇ ਸਿਆਣੇ ਆਗੂ ਆ ਜਿਹੜੇ ਗੱਲਬਾਤ ਚ ਵੀ ਨਹੀਂ ਬੈਠਦੇ, ਬਹੁਤ ਸਾਰੀਆਂ ਯੂਨੀਅਨਾਂ ਨੇ ਜਿਨ੍ਹਾਂ ਨੂੰ ਅਜੇ ਬਾਹਰ ਹੀ ਰੱਖਿਆ ਹੋਇਆ ਵਾ, ਉਹ ਵੈਸੇ ਨਾਲ ਆ ਪਰ ਉਹਨਾਂ ਦੇ ਆਗੂਆਂ ਨੂੰ ਵਿੱਚ ਨਹੀਂ ਸ਼ਾਮਿਲ ਕੀਤਾ, ਉਹਨਾਂ ਨੂੰ ਵੀ ਸ਼ਾਮਿਲ ਕਰਕੇ ਹਾਂਜੀ ਸਾਰਿਆਂ ਨੂੰ ਇਸ ਤਰ੍ਹਾਂ ਜਿਹੜੀ ਗੱਲਬਾਤ ਲਾਇਸੈਂਸ ਹੋ ਕੇ ਜਲਦੀ ਫੈਸਲਾ ਹੋਵੇ, ਤੇ ਕੇਂਦਰ ਸਰਕਾਰ ਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਕੇਂਦਰ ਸਰਕਾਰ ਜਿਹੜਾ ਇਸ ਤਰੀਕੇ ਨਾਲ ਨਾ ਦੇਖੇ ਵੀ ਇਹਨਾਂ ਨੂੰ ਲਮਕਾ ਕੇ ਲੰਮਾ ਪੈ ਜਾਊਗਾ, ਦਏ ਉੱਠ ਕੇ ਚਲੇ ਜਾਣਗੇ, ਇਹ ਆਪੇ ਚਲੇ ਜਾਣਗੇ ਇੱਥੋਂ, ਇਸ ਤਰੀਕੇ ਨਾਲ ਹੋਣਾ। ਇੱਕ ਪੰਜਾਬੀ ਨੇ ਖਾਸ ਕਰਕੇ ਕਿਸਾਨ ਜਿਹੜੇ ਪੰਜਾਬ ਚੋਂ ਤੁਰੇ ਤੇ ਬਾਕੀ ਸਾਰੇ ਜਿਹੜੇ ਹੁਣ ਨਾਲ ਖੜ ਗਏ ਕਿ ਪੰਜਾਬ ਸਾਡਾ ਵੱਡਾ ਭਰਾ ਆ ਤੇ ਅਸੀਂ ਛੋਟੇ ਭਰਾ ਦੇ, ਅਸੀਂ ਨਾਲ ਆ, ਸਿਰਾਂ ਤੇ ਪੱਗਾਂ ਬੰਨ ਲਈਆਂ। ਮਹਾਰਾਸ਼ਟਰ ਵਾਲਿਆਂ ਵੀ, ਯੂਪੀ ਵਾਲਿਆਂ, ਰਾਜਸਥਾਨ ਵਾਲਿਆਂ ਵੀ ਆ ਕੇ, ਤੇ ਰਕੇਸ਼ ਟਕੈਤ ਵਰਗਿਆਂ ਵੀ ਕਹਿ ਰਿਹਾ ਵੀ ਸਰਦਾਰਾਂ ਨੇ ਮੇਰੇ ਤੇ ਭਰੋਸਾ ਕੀਤਾ, ਮੈਂ ਸਰਦਾਰਾਂ ਦੀਆਂ ਮੁੱਛਾਂ ਖੜੀਆਂ ਨੂੰ, ਉਹਨੇ ਉਹ ਤਸਵੀਰ ਵੀ ਆਈ ਵੀ ਮੈਂ ਮੁੱਛ ਨੀ ਨੀਵੀਂ ਹੋਣ ਦਿਆਂਗਾ, ਮੈਂ ਸਰਦਾਰਾਂ ਦੀ ਦਸਤਾਰ ਨੀਵੀਂ ਨੀ ਹੋਣ ਦਿਆਂਗਾ। ਹੁਣ ਉਹ ਵੀ ਦੇਖੋ ਸਾਰੀਆਂ ਗੱਲਾਂ ਸਾਡੇ ਸਾਹਮਣੇ ਆ ਰਹੀਆਂ, ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਜਿਹੜੇ ਸਾਡੇ ਪੰਜਾਬ ਦੇ ਆਗੂ ਸੀ ਨਾ, ਉਹ ਕਿਸੇ ਗੱਲ ਤੋਂ ਪਿੱਛੇ ਪੈ ਗਏ ਇਸ ਗੱਲ ਤੇ, ਜਦੋਂ 26 ਜਨਵਰੀ ਨੂੰ ਉਹਨਾਂ ਨੇ ਨੌਜਵਾਨਾਂ ਤੋਂ ਪੱਲਾ ਝਾੜਨ ਦੀ, ਉਹ ਸਾਰੀਆਂ ਘਟਨਾਵਾਂ ਤੋਂ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ, ਤੇ ਉਸ ਵੇਲੇ ਜਿਹੜਾ ਰਕੇਸ਼ ਟਕੈਤ ਸੀ ਉਹ ਇੱਕ ਨੈਸ਼ਨਲ ਲੀਡਰ ਬਣ ਕੇ ਉੱਭਰਿਆ, ਕਿ ਉਹਨੇ ਉਸ ਵੇਲੇ ਕਿਹਾ ਕੁਛ ਨੀ ਹੋਇਆ। ਜੇ ਮੈਂ ਜ਼ਿੰਮੇਵਾਰੀ ਕਬੂਲਦਾ, ਕਹਿੰਦਾ ਮੇਰੇ ਤੇ ਆਏ ਸੀਗੇ ਟਰੈਕਟਰ ਸਾਰੇ, ਮੈਂ ਜ਼ਿੰਮੇਵਾਰੀ ਕਬੂਲਦਾ ਹਰ ਗੱਲ ਦੀ। ਤਾਂ ਮੈਂ ਸਮਝਦਾ ਕਿ ਇਸ ਤਰੀਕੇ ਦੇ ਨਾਲ ਇੱਕ ਜਜ਼ਬਾ ਰੱਖ ਕੇ ਚੱਲਣ ਦੀ ਲੋੜ ਆ, ਤੇ ਜਿਹੜੇ ਪਰਿਵਾਰ ਨੇ ਜਿਹੜੇ ਸ਼ਹੀਦ ਹੋਏ ਆ ਜਾਂ ਜਿਹੜੇ ਜ਼ਖਮੀ ਹੋਏ, ਉਹਨਾਂ ਦੀ ਮਦਦ ਕਰਨੀ ਕਿਸਾਨ ਆਗੂਆਂ ਦਾ ਫਰਜ਼ ਆ। ਦੁਨੀਆਂ ਭਰ ਚੋਂ ਮਦਦ ਜਿਹੜੀ ਆ ਰਹੀ ਆ, ਪਰ ਜਿਹੜੀ ਯੂਨੀਅਨਾਂ ਦੇ ਕੋਲ ਮਦਦ ਆ ਰਹੀ ਆ ਉਹਨਾਂ ਪਰਿਵਾਰਾਂ ਦੀ, ਮੈਨੂੰ ਯਾਦ ਆ ਬਰਗਾੜੀ ਮੋਰਚੇ ਦੌਰਾਨ ਜਿਹੜੇ ਸਾਡੇ ਕਈ ਉਧਰ ਨੂੰ ਆਉਂਦੇ ਚੜ੍ਹਾਈ ਕਰ ਗਏ ਸੀ, ਜਾਂ ਐਕਸੀਡੈਂਟ ਦੇ ਵਿੱਚ ਜਿਵੇਂ ਇੱਕ ਗੱਡੀ ਬੱਸ ਐਕਸੀਡੈਂਟ ਹੋ ਗਈ ਸੀ, ਬਹੁਤ ਸਾਰੇ ਜ਼ਖਮੀ ਹੋ ਗਏ ਸੀ, ਮਾਨਸੇ ਦੇ ਵੱਖ ਵੱਖ, ਬਠਿੰਡੇ ਦੇ ਵੱਖ ਵੱਖ ਹਸਪਤਾਲਾਂ ਚ ਦਾਖਲ ਸੀ, ਤੇ ਮੈਂ ਮੋਰਚੇ ਤੋਂ ਜਾ ਕੇ ਉਹਨਾਂ ਦੀ ਫਾਈਨਾਂਸ਼ਲੀ ਮਦਦ ਵੀ ਕੀਤੀ, ਤੇ ਉਹਨਾਂ ਦਾ ਜਾ ਕੇ ਹਾਲ ਚਾਲ ਵੀ ਪੁੱਛਿਆ, ਤੇ ਉਹ ਅੱਜ ਵੀ ਜਿਹੜੇ ਹੈਗੇ ਆ ਦਿਲੋਂ ਸਾਡੇ ਨਾਲ ਆ ਕੇ ਉਹਨਾਂ ਨੇ ਸਾਡੀ ਮਦਦ ਕੀਤੀ। ਸੋ ਇਸ ਕਾਰਨ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਯੂਨੀਅਨਾਂ ਦੇ ਆਗੂ ਸਾਹਿਬਾਨਾਂ ਨੂੰ ਚਾਹੀਦਾ ਕਿ ਜਿਹੜੇ ਮਾਵਾਂ ਦੇ ਪੁੱਤ ਸ਼ਹੀਦ ਹੋ ਗਏ ਆ ਇਸ ਦੇ ਵਿੱਚ ਜਾਂ ਜ਼ਖਮੀ ਹੋਏ ਆ, ਨੌਜਵਾਨ ਨਵਰੀਤ ਸਿੰਘ ਆ ਦੇਖੋ ਸ਼ਹੀਦ ਹੋਇਆ ਵਾ, ਉਹਨਾਂ ਪਰਿਵਾਰਾਂ ਦੀ ਮਦਦ ਕਰਨੀ, ਬਾਂਹ ਫੜ ਅਸੀਂ ਇਹ ਜਿਹੜੇ ਨੌਜਵਾਨ ਇਹਦਾ ਹਿੱਸਾ ਸੀ, ਅਸੀਂ ਇਹ ਨਾ ਕਹਿ ਦਈਏ ਗਦਾਰ ਨੇ ਫਲਾਣ ਹੈ, ਇਹ ਸਾਡਾ ਹਿੱਸਾ ਨਹੀਂ। ਇਸ ਤਰ੍ਹਾਂ ਕੀਤਿਆਂ ਸੰਘਰਸ਼ ਆ ਨਾ ਕਮਜ਼ੋਰ ਪਊਗਾ, ਇਹ ਪਾਸੇ ਨੂੰ ਜਾਊਗਾ। ਇਸ ਕਾਰਨ ਕਰਕੇ ਆਗੂਆਂ ਨੂੰ ਮੈਂ ਅਪੀਲ ਕਰਨੀ ਚਾਹੁੰਦਾ ਕਿ ਉਹਨਾਂ ਨੂੰ ਬੜੀ ਸਮਝਦਾਰੀ ਨਾਲ, ਉਹ ਸਿਆਣੇ ਨੇ, ਅਸੀਂ ਉਹਨਾਂ ਨੂੰ ਕੋਈ ਸਲਾਹ ਨਹੀਂ ਦੇ ਸਕਦੇ, ਪਰ ਮੈਂ ਬੇਨਤੀ ਕਰ ਸਕਦਾ ਕਿ ਉਹਨਾਂ ਨੂੰ ਇਸ ਗੱਲ ਨੂੰ ਜ਼ਰੂਰ ਸਮਝਣਾ ਚਾਹੀਦਾ, ਤੇ ਇਹਦੇ ਵਿੱਚ ਸਾਰਿਆਂ ਦਾ ਸਾਂਝਾ ਘੋਲ ਹੈ। ਇਹਦੇ ਵਿੱਚ ਕਾਮਰੇਡੀ ਵਿਚਾਰਧਾਰਾ ਜਾਂ ਦੂਜੀ ਟਕਸਾਲੀ ਵਿਚਾਰਧਾਰਾ, ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਪਰਤਣ ਦੇਣੀਆਂ ਚਾਹੀਦੀਆਂ, ਤੇ ਹਰੇਕ ਦੇ ਧਰਮ ਦੀ ਭਾਵਨਾ ਦਾ ਸਤਿਕਾਰ, ਚਾਹੇ ਉਹ ਸਿੱਖ ਆ, ਮੁਸਲਮਾਨ ਆ, ਹਿੰਦੂ ਆ, ਈਸਾਈ ਆ, ਹਰੇਕ ਦੀ ਭਾਵਨਾ ਦਾ ਸਤਿਕਾਰ ਕਰਨਾ ਚਾਹੀਦਾ। ਜੇਕਰ ਉਹ ਕਾਮਰੇਡ ਵੀਰ ਨਿਸ਼ਾਨ ਸਾਹਿਬ ਦੇ ਅਪਮਾਨ ਦੇ ਵਿੱਚ ਬੋਲਣਗੇ ਜਾਂ ਨਿਹੰਗ ਸਿੰਘ ਫੌਜਾਂ ਦੇ, ਤੇ ਫਿਰ ਸਿੱਖ ਕਿਵੇਂ ਮਦਦ ਕਰਨਗੇ ਜਿਹੜੇ ਦੁਨੀਆਂ ਭਰ ਚੋਂ ਲੱਗੇ ਹੋਏ ਆ? ਪਰ ਮੈਂ ਇੱਕ ਗੱਲ ਇਹ ਵੀ ਬੇਨਤੀ ਕਰਨੀ ਚਾਹੁੰਦਾ ਉਹਨਾਂ
ਭੁਲੇਖਾ ਉਹਨਾਂ ਕਰਕੇ ਕੋਈ ਮਦਦ, ਉਹ ਤਾਂ ਕਿਸਾਨੀ ਸੰਘਰਸ਼ ਕਰਕੇ ਕਿਸਾਨਾਂ ਨੂੰ ਮਦਦ ਕਰ हाँ ਰਹੇ ਆ, ਔਰ ਜਿਹੜੀ ਸੂਖ ਵਿਚਾਰਧਾਰਾ ਜਿਹੜੀ ਆ ਉਹਨੂੰ ਜਿਹੜਾ ਹੈਗਾ ਉਹ ਮਦਦ ਕੇ ਉੱਥੇ ਥਾਂ ਥਾਂ ਤੇ ਲੰਗਰ, ਜਿਹੜੀ ਸਾਡੇ ਗੁਰੂ ਸਾਹਿਬ ਨੇ ਸਾਨੂੰ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ, ਗੁਰੂ ਕੇ ਲੰਗਰ ਤੁੱਟ ਲੋੜਵੰਦ ਦੀ ਗਰੀਬ ਦੀ ਮਦਦ ਕਰਨੀ, ਉਸ ਭਾਵਨਾ ਨੂੰ ਲੈ ਕੇ ਦੁਨੀਆ ਭਰ ਤੋਂ ਜਿਹੜੇ ਸਿੱਖ ਆ ਉਹ ਮਦਦ ਕਰ ਰਹੇ ਆ, ਤੇ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਉਣ ਵਾਲੀ ਬਿਆਨਬਾਜ਼ੀ ਜਿਹੜੀ ਸਾਡੇ ਆਗੂਆਂ ਨੂੰ ਸਟੇਜ ਤੋਂ ਨਹੀਂ ਕਰਨੀ ਚਾਹੀਦੀ। ਹਾਂਜੀ ਜਹਿਦਾਰ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਹੈ। ਜਿਹੜੀ ਕਿਸਾਨੀ ਮੁੱਦੇ ਤੇ ਕੋਈ ਹੋਰ ਇਹਨਾਂ ਦੇ ਬਾਰੇ ਜਿੱਦਾਂ ਗੱਲਬਾਤ ਤੇ ਤੋਰੀ ਜਾਵੇ ਵਿੱਚ, ਜਿੱਦਾਂ ਤੁਸੀਂ ਰਕੇਸ਼ ਟਿਕੈਤ ਦੀ ਵੀ ਗੱਲ ਕੀਤੀ ਆ, ਵੱਡੀਆਂ ਵੱਡੀਆਂ ਪੰਚਾਇਤਾਂ ਵੀ ਹੋਈਆਂ, ਨਗਰ ਨਿਗਮ ਦੀਆਂ ਜਿਹੜੀਆਂ ਇਲੈਕਸ਼ਨ ਹੋਈ ਆ, ਉਹਦੇ ਚ ਵੀ ਭਾਜਪਾ ਨੂੰ ਕਾਫੀ ਪੰਜਾਬ ਚ ਸੱਟ ਵੱਜੀ ਆ, ਤੇ ਸਿਆਸੀ ਪਾਰਟੀਆਂ ਨੂੰ ਮੋਰਚੇ ਤੋਂ ਦੂਰ ਰੱਖਿਆ ਗਿਆ। ਕੀ ਉਹਨਾਂ ਨੂੰ ਲਾਗੇ ਲਿਆਉਣਾ ਚਾਹੀਦਾ, ਜਾਂ ਜਿਹੜੀਆਂ ਪੰਜਾਬ ਦੀਆਂ ਹੁਣ ਇਲੈਕਸ਼ਨਾਂ ਹੋਈਆਂ ਇਹਦੇ ਤੋਂ ਵੀ ਸਿੱਖ ਪੰਜਾਬੀਆਂ ਨੇ ਕੋਈ ਸਬਕ ਲਿਆ ਜਾਂ ਨਹੀਂ ਲਿਆ? ਦੇਖੋ ਭਾਈ ਰਘਵੀਰ ਸਿੰਘ ਜੀ, ਹੁਣ ਰਕੇਸ਼ ਟਿਕੈਤ ਦੀ ਸਟੇਜ ਦੇ ਉੱਤੇ ਸਾਰੀਆਂ ਤਕਰੀਬਨ ਪਾਰਟੀਆਂ ਦੇ ਆਗੂ ਪਹੁੰਚ ਗਏ ਤੇ ਉਹਨੇ ਸਾਰਿਆਂ ਨੂੰ ਗੱਲ ਨਾਲ ਹਾਂ ਲਾਇਆ, ਤੇ ਉਹਨੇ ਬੋਲਣ ਦਾ ਟਾਈਮ ਨਹੀਂ ਕਿਸੇ ਨੂੰ ਵੀ ਦਿੱਤਾ, ਪਰ ਉਹਨੇ ਸਾਰਿਆਂ ਦਾ ਠੀਕ ਹੈ, ਸਵਾਗਤ ਕੀਤਾ ਉਹਨੇ ਉੱਚਾ, ਤੇ ਮੈਂ ਸਮਝਦਾ ਕਿ ਇੱਥੇ ਸਭ ਦਾ ਸਵਾਗਤ ਕਰਨਾ ਚਾਹੀਦਾ ਵਾ, ਸਾਰਿਆਂ ਦਾ ਠੀਕ ਆ, ਬੋਲਣ ਦਾ ਟਾਈਮ ਨਾ ਦਿਓ, ਪਰ ਸਾਰਿਆਂ ਦੀ ਸਪੋਰਟ ਲੈ ਕੇ ਵਧੀਆ ਤਰੀਕੇ ਦੇ ਨਾਲ ਇਸ ਮਸਲੇ ਨੂੰ ਹੱਲ ਕਰਨਾ ਚਾਹੀਦਾ। ਨਾਲ ਹੀ ਮੈਂ ਇੱਕ ਹੋਰ ਬੇਨਤੀ ਕਰਦੇ ਹਾਂ ਕਿ ਦੇਖੋ ਕੇਂਦਰ ਸਰਕਾਰ ਆ, ਡਬਲ ਉਹਨਾਂ ਨੇ ਰਿਪੀਟ ਕੀਤਾ, 5 ਸਾਲ ਪਹਿਲਾਂ ਨਰਿੰਦਰ ਮੋਦੀ ਨੇ ਰਾਜ ਕੀਤਾ, ਹੁਣ ਵੀ ਦੁਬਾਰਾ ਉਹ ਕੁਰਸੀ ਤੇ ਬੈਠੇ ਆ, ਤਾਂ ਉਹਨਾਂ ਨੇ ਉਹ ਠੀਕ ਵੀ ਹੈ, ਸੋਚ ਰਹੇ, ਉਹਨਾਂ ਨੇ 7 ਸਾਲਾਂ ਚ ਪਿਛਾਂਹ ਮੁੜ ਕੇ ਨਹੀਂ ਦੇਖਿਆ, ਜੋ ਹੁਣ ਤੱਕ ਦਾ ਹਾਂਜੀ ਰਾਜ ਜਿੰਨੇ ਉਹਨਾਂ ਨੇ ਫੈਸਲੇ ਲਏ ਪਿਛਾਂਹ ਮੁੜ ਕੇ ਨਹੀਂ ਦੇਖਿਆ, ਕਿ ਹੁਣ ਵੀ ਛੇਤੀ ਕੀਤੇ ਉਹ ਵੀ ਪਿਛਾਂਹ ਹਟਣ ਨੂੰ ਤਿਆਰ ਨਹੀਂ ਆ, ਕਿ ਹੁਣ ਜਿਹੜੇ ਗਾਂਹ ਤੇ ਠੀਕ ਹੈ, ਕਿਸਾਨ ਰਹਿੰਦੇ ਆ ਵੀ ਉਹ ਜੇਕਰ ਉਹ ਅੱਜ ਉਹ ਸੋਚਦੇ ਆ ਕਿ ਅੱਜ ਝੁਕ ਜਾਂਦੇ ਆ ਮੰਗਾਂ ਮੰਨ ਲੈਂਦੇ ਤਾਂ 3 ਸਾਲ ਗਾਂਹ ਵਾਲੇ ਕਿਵੇਂ ਕੱਢਣੇ ਆ, ਉਹ ਵੀ ਇਹ ਸੋਚ ਰਹੇ ਆ, ਹਾਂਜੀ ਤੇ ਇਸ ਕਾਰਨ ਕਰਕੇ। ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਦੇਖੋ ਪ੍ਰਧਾਨ ਮੰਤਰੀ ਦਾ ਬਹੁਤ ਵੱਡਾ ਸਨਮਾਨ ਹੁੰਦਾ ਜੇਕਰ ਪ੍ਰਧਾਨ ਮੰਤਰੀ ਆਪਣੇ ਰਾਜ ਦੇ ਲੋਕਾਂ ਦੀ ਗੱਲ ਨੂੰ, ਜਿਵੇਂ ਰਾਜਾ ਆਪਣੀ ਪ੍ਰਜਾ ਦੀ ਗੱਲ ਨੂੰ ਮੰਨ ਲਏ ਤਾਂ ਉਹਦਾ ਅਪਮਾਨ ਨਹੀਂ ਸਨਮਾਨ ਹੀ ਹੁੰਦਾ। ਮੈਂ ਸਮਝਦਾ ਕਿ ਜੇਕਰ ਠੀਕ ਅੱਜ ਹੈ, ਪ੍ਰਧਾਨ ਮੰਤਰੀ ਸਾਹਿਬ ਸਾਡੇ ਪੰਜਾਬ ਹੀ ਨੇ ਪੂਰੇ ਦੇਸ਼ ਦੇ ਕਿਸਾਨਾਂ ਦੀ ਮਜ਼ਦੂਰਾਂ ਦੀ ਗੱਲ ਨੂੰ ਮੰਨ ਲੈਣ, ਉਹਨਾਂ ਨਾਲ ਬੈਠ ਕੇ ਉੱਥੇ ਆਉਣ ਆ ਕੇ ਕਹਿਣ ਭਾਈ ਜੇ ਤੁਹਾਨੂੰ ਨਹੀਂ ਇਸ ਗੱਲ ਨੂੰ ਮਨਜ਼ੂਰ ਤੇ ਆ ਲਓ ਫੜੋ ਇਹ ਕਾਨੂੰਨ ਜਿਹੜੇ ਆ ਇਹਨਾਂ ਅਸੀਂ ਪਾੜ ਕੇ ਪਾਸੇ ਕਰਦੇ ਹਾਂ ਤੇ ਤੁਸੀਂ ਖੁਸ਼ੀ ਖੁਸ਼ੀ ਘਰ ਨੂੰ ਜਾਓ, ਤਾਂ ਮੈਂ ਸਮਝਦਾ ਪ੍ਰਧਾਨ ਮੰਤਰੀ ਸਾਹਿਬ ਦਾ ਬਹੁਤ ਵੱਡਾ ਇਹਦੇ 'ਚ ਸਨਮਾਨ ਹੋਊਗਾ, ਕੋਈ ਅਪਮਾਨ ਵਾਲੀ ਗੱਲ ਨਹੀਂ ਆ। ਤੇ ਜੇ ਸਿੰਘੂ ਬਾਰਡਰ ਜਾਂ ਗਾਜੀਪੁਰ ਬਾਰਡਰ ਜਾਂ ਟਿਕਰੀ ਬਾਰਡਰ ਤੇ ਆ ਕੇ ਪ੍ਰਧਾਨ ਮੰਤਰੀ ਇਹ ਗੱਲ ਕਰਦੇ ਹਨ ਤਾਂ ਪ੍ਰਧਾਨ ਮੰਤਰੀ ਨੂੰ ਟਰੈਕਟਰ ਤੇ ਬਿਠਾ ਕੇ ਸਤਿਕਾਰ ਦੇ ਨਾਲ ਘਰ ਤੱਕ ਛੱਡ ਕੇ ਆਉਣਗੇ, ਕਿਸਾਨ ਇਹਨਾਂ ਦੇ ਮਨਾਂ 'ਚ ਕੋਈ ਨਹੀਂ, ਤਾਂ ਭਾਈ ਘਨੱਈਏ ਦੇ ਵਾਰਸ ਆ, ਭਾਈ ਘਨੱਈਆ ਜੀ ਤਾਂ ਹਾਂਜੀ ਜੰਗ ਦੇ ਵਿੱਚ ਦੁਸ਼ਮਣਾਂ ਨੂੰ ਪਾਣੀ ਪਿਆਈ ਜਾਂਦੇ ਆ, ਤੇ ਇੱਥੇ ਤਾਂ ਪ੍ਰਧਾਨ ਮੰਤਰੀ ਸਾਹਿਬ ਦੀ ਗੱਲ ਹੈ, ਜੇ ਪ੍ਰਧਾਨ ਮੰਤਰੀ ਸਾਹਿਬ ਇਹ ਕਿਸਾਨਾਂ ਦੀ ਮੰਗ ਮੰਨ ਲੈਣ, ਇਹਨਾਂ ਦੇ ਮਨ 'ਚ ਕੁਛ ਨਹੀਂ ਹੈ ਤਾਂ ਉਹਨਾਂ ਦੇ ਘਰ ਤੱਕ ਛੱਡ ਕੇ ਆਉਣਗੇ, ਜੈਕਾਰੇ ਲਾਉਂਦੇ ਵੀ ਤੁਸੀਂ ਸਾਡੀ ਮੰਗ ਮੰਨ ਲਈ। ਤੇ ਇਹਦੇ 'ਚ ਮੈਂ ਸਮਝਦਾ ਕਿ ਜੇ ਪ੍ਰਜਾ ਖੁਸ਼ ਆ, ਰਾਜ ਦੇ ਲੋਕ ਖੁਸ਼ ਆ, ਤੇ ਉਹ ਰਾਜ ਵੀ ਚੰਗਾ ਵਾ, ਜੇਕਰ ਪ੍ਰਧਾਨ ਮੰਤਰੀ ਸਾਹਿਬ ਇਹ ਲੋਕਾਂ ਦੀ ਗੱਲ ਨੂੰ ਮੰਨ ਲੈਣਗੇ ਤੇ ਉਹਨਾਂ ਦਾ ਸਨਮਾਨ ਹੋਊਗਾ, ਅਪਮਾਨ ਨਹੀਂ ਹੋਊਗਾ। ਪਰ ਇਸ ਜਿਹੜੀ ਕਛਮਕਸ਼ ਚੱਲ ਰਹੀ ਆ ਇਹਦੇ 'ਚ ਨੁਕਸਾਨ ਦੇ ਜਿਹੜੇ ਆ ਚਾਂਸ ਜ਼ਿਆਦਾ ਨੇ, ਪਤਾ ਨਹੀਂ ਸੈਂਸਿਟਿਵ ਹਾਲਾਤ ਕਦੋਂ ਕੀ ਕਿਸ ਤਰ੍ਹਾਂ ਦੇ ਬਣ ਜਾਣੇ ਆ। ਮੇਰੀ ਤਾਂ ਵਾਹਿਗੁਰੂ ਅੱਗੇ ਇਹੀ ਅਰਦਾਸ ਆ ਕਿ ਸੱਚੇ ਪਾਤਸ਼ਾਹ ਕਿਰਪਾ ਕਰੇ, ਸਾਰਾ ਕੁਛ ਅਮਨ ਅਮਾਨ ਦੇ ਨਾਲ ਨਿਬੜੇ, ਤੇ ਜਲਦੀ ਤੋਂ ਜਲਦੀ ਨਿਬੜ ਕੇ ਜਿਹੜਾ ਮੋਰਚਾ ਹੋਵੇ ਫਤਿਹ ਹੋਵੇ, ਤੇ ਕਿਸਾਨ ਆਪਣੇ ਜਿੱਤ ਦੇ ਜੈਕਾਰੇ ਲਾਉਂਦੇ ਘਰਾਂ ਨੂੰ ਆਉਣ, ਤੇ ਸਾਰੀ ਗੱਲ ਜਿਹੜੀ ਆ ਬੜੇ ਵਧੀਆ ਤਰੀਕੇ ਦੇ ਨਾਲ ਜਿਹੜੀ ਆ ਨਿਬੜ ਜਾਵੇ, ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ। ਪਹਿਲਾਂ ਹੀ ਨੁਕਸਾਨ ਜਿਹੜਾ ਸਾਡਾ ਬਹੁਤ ਹੋ ਚੁੱਕਾ ਵਾ, ਕਿੰਨੀਆਂ ਸਾਡੀਆਂ ਜਿਹੜੀਆਂ ਸ਼ਹੀਦੀਆਂ ਹੋ ਚੁੱਕੀਆਂ ਨੇ ਕਿਸਾਨਾਂ ਦੀਆਂ, ਸੋ ਹੋਰ ਨੁਕਸਾਨ ਨਾ ਹੋਵੇ। ਇਸ ਕਰਕੇ ਮੇਰੀ ਵਾਹਿਗੁਰੂ ਅੱਗੇ ਅਰਦਾਸ ਆ ਕਿ ਸੱਚੇ ਪਾਤਸ਼ਾਹ ਕਿਰਪਾ ਕਰੇ ਤੇ ਜਲਦੀ ਤੋਂ ਜਲਦੀ ਅਮਨ ਅਮਾਨ ਦੇ ਨਾਲ ਇਹ ਮੋਰਚਾ ਜਿਹੜਾ ਪਤਾ ਫਤਿਹ ਹੋਵੇ, ਤੇ ਸਾਰਿਆਂ ਨੂੰ ਇਸ ਬਾਰੇ ਸੋਚਣ ਦੀ ਲੋੜ ਆ, ਜਿੱਥੇ ਦੇਸ਼ ਦੀ ਸਰਕਾਰ ਨੂੰ ਸੋਚਣ ਦੀ ਲੋੜ ਆ, ਸਾਡੇ ਆਗੂਆਂ ਨੂੰ ਸੋਚਣ ਦੀ ਲੋੜ ਆ, ਕਿ ਬੜੇ ਤਰੀਕੇ ਦੇ ਨਾਲ ਇਹੋ ਜਿਹਾ ਹੱਲ ਜਿਹੜਾ ਉਹ ਕੱਢਿਆ ਜਾਵੇ ਵੀ ਕਿਸੇ ਦਾ ਅਪਮਾਨ ਨਾ ਹੋਵੇ ਤੇ ਮੋਰਚਾ ਵੀ ਫਤਿਹ ਹੋ ਜਾਵੇ। ਜਹਿਦਾਰ ਜੀ, ਜਦੋਂ ਆਪਾਂ ਪ੍ਰੋਗਰਾਮ ਸ਼ੁਰੂ ਕੀਤਾ ਉਹਦੇ ਸ਼ੁਰੂ 'ਚ 2 ਕਮੈਂਟ ਆਏ ਸੀ। ਇੱਕ ਤਾਂ ਸਾਡੇ ਸਤਿਕਾਰਯੋਗ ਬਾਬਾ ਬਘੇਲ ਸਿੰਘ ਜੀ, ਉਹਨਾਂ ਨੇ ਰੱਖਿਆ ਕਿ ਜਿਹੜੇ ਆਨੰਦ ਕਾਰਜ ਮਹਾਂਪੁਰਖ ਕਰਾਉਂਦੇ ਆ, ਵੀ ਉਹ ਪਰਿਵਾਰਾਂ ਨੂੰ ਅੰਮ੍ਰਿਤ ਛਕ ਆਉਣ ਬਾਰੇ ਜਾਂ ਕੋਈ ਗੱਲਬਾਤ ਕੀਤੀ ਜਾਂਦੀ ਆ ਜਾਂ ਨਹੀਂ ਕੀਤੀ ਜਾਂਦੀ, ਜਾਂ ਉਹ ਛਕਣ ਨੂੰ ਤਿਆਰ ਨਹੀਂ ਹੁੰਦੇ, ਤੇ ਇਹ ਇੱਕ ਕੁਐਸਚਨ ਹੈ ਤੇ ਇੱਕ। ਹਾਂਜੀ
ਪਰਿਵਾਰ ਅੰਮ੍ਰਿਤਧਾਰੀ ਹੁੰਦੇ ਆ, ਉੱਥੇ ਪ੍ਰੇਰਨਾ ਵੀ ਕੀਤੀ ਜਾਂਦੀ ਆ। ਇਹ ਜਿਹੜੇ ਆਨੰਦ ਕਾਰਜ ਹੁੰਦੇ, ਇੱਦਾਂ ਦਾ ਗੈਰ ਸਿੱਖਾਂ ਦੇ ਵੀ, ਜੇ ਕੋਈ ਗੈਰ ਸਿੱਖ ਆ ਉਹਦੀ ਮਰਿਆਦਾ ਅਨੁਸਾਰ ਜਿਹੜੇ ਆਨੰਦ ਕਾਰਜ ਕਰਦੇ ਆਨੰਦ ਕਾਰਜ, ਜੇ ਕੋਈ ਮੁਸਲਮਾਨ ਲੋੜਵੰਦ ਪਰਿਵਾਰ ਹੋਵੇ ਤੇ ਉਹਦੇ ਨਿਕਾਹ ਕਰਾਏ ਜਾਂਦੇ ਆ ਬਕਾਇਦਾ। ਠੀਕ ਇਹ ਨਹੀਂ ਵੀ ਕਿਸੇ ਤੇ ਕੋਈ ਠੀਕ ਦਬਸ਼ ਨਹੀਂ, ਉਹਨਾਂ ਨੂੰ ਪ੍ਰੇਰਨਾ ਜ਼ਰੂਰ ਹੁੰਦੀ ਹੈ। ਜਿਵੇਂ ਹੁਣ ਆਪਾਂ ਆਨੰਦ ਕਾਰਜਾਂ ਤੇ ਜਾਈਦਾ, ਜਿੱਥੇ ਕਿਤੇ ਸਾਨੂੰ ਜਦੋਂ ਵੀ ਹੁਣ ਦੇਖੀਦਾ, ਬਹੁਤੇ ਆਨੰਦ ਕਾਰਜਾਂ ਜਿਹੜੇ ਸਾਡੇ ਸਿੱਖ ਪਰਿਵਾਰ ਆ, ਲੜਕਿਆਂ ਦੇ ਕਈ ਵਾਰੀ ਕੇਸ ਕੱਟੇ ਹੁੰਦੇ, ਪੱਗ ਬੰਨੀ ਹੁੰਦੀ ਆ, ਫਿਰ ਉੱਥੇ ਇਹੀ ਬੇਨਤੀ ਕਰੀਦੀ ਆ, ਭਾਈ ਗੁਰੂ ਸਾਹਿਬ ਦੀ ਜ਼ਿਆਦਾ ਆ ਕਿ ਅੰਮ੍ਰਿਤਧਾਰੀ ਬਣੋ। ਮੈਂ ਇੱਧਰ ਪਿਸ਼ਾਵਰ ਚ ਗਿਆ ਠੀਕ ਸੀਗਾ ਜਦੋਂ ਦੀਵਾਨ ਸਜਾਏ, ਉੱਥੇ ਨਨਕਾਣਾ ਸਾਹਿਬ ਸੱਚਾ ਸੌਦਾ ਸਾਹਿਬ, ਤਾਂ ਪਿਸ਼ਾਵਰ ਦੇ ਸਿੱਖਾਂ ਨੇ ਆਖਿਆ ਕਿ ਸਾਡੇ ਤਾਂ ਜਿਹਨੇ ਅੰਮ੍ਰਿਤ ਸੰਸਕਾਰ ਨਾ ਕੀਤਾ ਹੋਵੇ ਉਹਦਾ ਆਨੰਦ ਸੰਸਕਾਰ ਹੀ ਨਹੀਂ ਹੁੰਦਾ, ਉਦੋਂ ਆਨੰਦ ਉਹਦੇ ਨਾਲ ਠੀਕ ਹੈ ਕੋਈ ਰੋਟੀ ਬੇਟੀ ਦੀ ਸਮਝ ਹੀ ਨਹੀਂ ਕਰਦਾ। ਤੇ ਸਾਡੇ ਤਾਂ ਹੁਣ ਇੱਥੇ ਇੱਥੇ ਹਾਂਜੀ ਪਰੰਪਰਾ ਇੱਦਾਂ ਦੀ ਬਣ ਗਈ ਹੈ ਕਿ ਕੇਸ ਜਿਹੜੇ ਕਤਲ ਆ ਉਹ ਤਾਂ ਇੱਕ ਬਹੁਤ ਬੁਰੀ ਬਿਮਾਰੀ ਦੀ ਤਰ੍ਹਾਂ ਫੈਲੇ ਹੋਏ ਆ। ਪਰ ਜਿਹੜੀ ਇਹ ਗੱਲ ਇਹਨਾਂ ਨੇ ਬਹੁਤ ਵਧੀਆ ਹਾਂ ਕਹੀ ਆ, ਅਸੀਂ ਪ੍ਰੇਰਨਾ ਜ਼ਰੂਰ ਕਰਦੇ ਹਾਂ ਪਰ ਦਬਾਅ ਨਹੀਂ ਹੁੰਦਾ ਠੀਕ ਪ੍ਰੇਰਨਾ। ਜਿਸ ਤਰ੍ਹਾਂ ਅਸੀਂ ਸਮਾਗਮਾਂ 'ਚ ਵੀ ਪ੍ਰੇਰਨਾ ਕਰਦੇ ਹਾਂ ਤੇ ਸੰਗਤ ਅੰਮ੍ਰਿਤ ਛਕਦੀ ਹੈ, ਤੇ ਜਿਸ ਵੀ ਧਰਮ ਦਾ ਕੋਈ, ਚਾਹੇ ਹਿੰਦੂ ਧਰਮ ਦਾ ਵਾ ਚਾਹੇ ਇਸਲਾਮ ਧਰਮ ਦਾ, ਜਿਸ ਵੀ ਧਰਮ ਦਾ, ਉਹਦੇ ਧਰਮ ਦੀ ਰੋਹ ਰੀਤੀ ਅਨੁਸਾਰ ਉਹਨਾਂ ਦੇ ਨਿਕਾਹ ਵੀ, ਉਹਨਾਂ ਦੇ ਆਨੰਦ ਕਾਰਜ ਵੀ ਕੀਤੇ ਜਾਂਦੇ। ਭਾਈ ਗੁਰਮੀਤ ਸਿੰਘ ਜੀ ਖਣਿਆਲ ਜਿਹੜੇ ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਨੇ, ਉਹਨਾਂ ਦਾ ਵੀ ਸਿੱਖ ਜਿਹੜਾ ਆ ਉਹ ਗੁਲਾਮੀ ਦਾ ਅਹਿਸਾਸ ਕਰੇ, ਤਾਂ ਇਹ ਸਾਡੇ ਨਾਲ ਜਿਹੜੀਆਂ ਜਥੇ ਦੇ ਬਾਰੇ ਆਪਾਂ ਗੱਲ ਕੀਤੀ ਸੀ ਵੀ ਇਹ ਤਾਂ ਵਾਪਰੀਆਂ ਕਿ ਅਸੀਂ ਹਾਲੇ ਵੀ ਅਹਿਸਾਸ ਨਹੀਂ ਕਰ ਰਹੇ ਗੁਲਾਮੀ ਦੇ। ਦੇਖੋ ਬਹੁਤ ਗੱਲਾਂ ਐਸੀਆਂ ਹੁੰਦੀਆਂ ਨੇ। ਆਪਣਾ ਭਾਈ ਰਘਵੀਰ ਸਿੰਘ ਜੀ ਦੇਖੋ, ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ, ਉਹ ਵੀ ਤਾਂ ਹਾਂਜੀ ਭਾਰਤ ਸਰਕਾਰ ਤੇ ਪਾਕਿਸਤਾਨ ਸਰਕਾਰ ਦੀ ਸਹਿਮਤੀ ਨਾਲ ਖੁੱਲਿਆ ਨਾ। ਇਕੱਲੇ ਨਾ ਤਾਂ ਪਾਕਿਸਤਾਨ ਨੇ ਖੋਲਿਆ ਨਾ ਭਾਰਤ ਨੇ ਖੋਲਿਆ, ਉਹ ਵੀ ਤਾਂ ਖੁੱਲਿਆ ਨਾ ਠੀਕ ਹੈ ਸਾਡਾ ਲਾਂਘਾ। ਸਾਡੀ ਖੁੱਲੇ ਦਰਸ਼ਨ ਹਾਂਜੀ ਦਿਦਾਰਿਆਂ ਦੀ ਮੰਗ ਸੀ, ਤੇ ਸਾਡਾ ਉਹ ਲਾਂਘਾ ਠੀਕ ਵੀ ਖੁੱਲਿਆ ਵਾ, ਤੇ ਹੁਣ ਜਿਹੜਾ ਦੁਬਾਰਾ ਹਾਂਜੀ ਕੋਰੋਨਾ ਵੇਲੇ ਤੋਂ ਬੰਦ ਪਿਆ ਵਾ। ਸੋ ਇਸ ਤਰੀਕੇ ਦੇ ਨਾਲ ਮੈਂ ਹਾਂਜੀ ਸਮਝਦਾ ਕਈ ਵਾਰੀ ਉਪਰਾਲ ਚੜਾ ਏਦਾਂ ਦੇ ਬਣਦੇ ਰਹਿੰਦੇ ਆ, ਪਰ ਜਿਹੜਾ ਗੁਰੂ ਸਾਹਿਬ ਦਾ ਸਾਡਾ ਸਿਧਾਂਤ ਆ ਉਹ ਸਿਧਾਂਤ ਸਤਿਗੁਰ ਕਿਰਪਾ ਕਰਨ। ਕਦੇ ਅਸੀਂ ਵੀ ਹੁੰਦੇ ਸੀ ਰਾਜ ਵਾਲੇ, ਸਾਡਾ ਰਾਜ ਭਾਗ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਆਪਾਂ ਗੱਲ ਕਰਦੇ ਹਾਂ, ਉਹਨਾਂ ਦੀ ਆਪਾਂ ਦਲੀਲ ਦਿੰਦੇ ਹਾਂ, ਉਹਨਾਂ ਦੀ ਆਪਾਂ ਉਹਨਾਂ ਦਾ ਪ੍ਰਮਾਣ ਦਿੰਦੇ ਹਾਂ। ਤੇ ਗੁਰੂ ਸਾਹਿਬ ਨੇ ਵੀ ਸਾਨੂੰ ਰਾਜ ਹਾਂਜੀ ਕਰੇਗਾ ਖਾਲਸਾ ਕੀ ਰਹੇ ਨਾ ਕੋਏ, ਖੁਆਰ ਹੋਏ ਸਨ ਮਿਲੇਂਗੇ ਬਜੇ ਸ਼ਰਨ ਜੋ ਹੋਏ, ਇਹਦਾ ਸਾਨੂੰ ਸਤਿਗੁਰ ਸੱਚੇ ਹਾਂਜੀ ਪਾਤਸ਼ਾਹ ਨੇ ਸਿਧਾਂਤ ਦਿੱਤਾ। ਸਤਿਗੁਰ ਕਿਰਪਾ ਕਰੇ, ਜਿਹੜੇ ਅੱਜ ਦੇ ਹਾਲਾਤ ਆ ਜਿਸ ਤਰੀਕੇ ਦੇ ਨਾਲ ਸਾਡੀ ਕੌਮ ਦੇ, ਜਿੱਦਾਂ ਅਸੀਂ ਦੇਖ ਰਹੇ ਹਾਂ, ਨੌਜਵਾਨ ਨੇ, ਤੁਸੀਂ ਗੁਲਾਮੀ ਦੀ ਗੱਲ ਕਰ ਰਹੇ ਹਾਂ ਰਾਜ ਭਾਗ ਦੀ, ਭਾਈ ਖਨਿਆਣ ਸਾਹਿਬ, ਇੱਕ ਸਿੰਘ ਨੇ ਜਾ ਕੇ ਕਦੇ ਖਾਲੀ ਪਏ ਪੋਲ ਦੇ ਉੱਤੇ ਹੀ ਕਿਸਾਨੀ ਦਾ ਤੇ ਨਿਸਾਨ ਸਾਹਿਬ ਦਾ ਝੰਡਾ ਚਲਾ ਦਿੱਤਾ, ਤੇ ਜਿਹੜੇ ਆਗੂ ਸੀ ਉਹਨਾਂ ਨੂੰ ਗਦਾਰ ਗਦਾਰ ਕਹੀ ਜਾਂਦੇ ਆ, ਤੁਸੀਂ ਕਿਹੜੀਆਂ ਗੱਲਾਂ ਕਰ ਰਹੇ ਆ, ਤੁਸੀਂ ਦੇਖੋ ਅਸੀਂ ਖੜੇ ਕਿੱਥੇ ਆ, ਹਾਲਾਤ ਕੀ ਨੇ ਅੱਜ ਦੇ। ਹਾਂਜੀ ਇਸ ਕਰਕੇ ਗੁਰੂ ਕਿਰਪਾ ਕਰੇ ਕਿ ਜਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਰਹਿਮਤ ਬਖਸ਼ਿਸ਼ ਹੋਵੇ, ਤੇ ਇਲਾਹੀ ਵੋ ਵੀ ਦਿਨ ਹੋਗਾ, ਮੈਂ ਅਕਸਰ ਬੇਨਤੀ ਕਰਦਾ ਹਾਂ, ਇਲਾਹੀ ਵੋ ਵੀ ਦਿਨ ਹੋਗਾ ਜਬ ਆਪਣਾ ਰਾਜ ਦੇਖੇਂਗੇ, ਆਪਣੀ ਜਮੀ ਹੋਗੀ, ਆਪਣਾ ਆਸਮਾਨ ਹੋਗਾ, ਧਰਤੀ ਪੈਰਾਂ ਥੱਲੇ ਆਪਣੀ ਹੋਵੇ ਤੇ ਸਿਰ ਤੇ ਅਸਮਾਨ ਆਪਣਾ, ਗੁਰੂ ਅੱਗੇ ਅਰਦਾਸ ਹੈ। ਠੀਕ ਜਹਦਰ ਜੀ, ਆਖਰ ਦੇ ਵਿੱਚ ਮੈਂ ਕੋਈ ਸਵਾਲ ਨਾ ਪੁੱਛਿਆ ਹੋਵੇ ਤੁਹਾਡੇ ਮਨ ਚ ਹੋਵੇ, ਪ੍ਰੋਗਰਾਮਾਂ ਬਾਰੇ ਜਾਂ ਹੋਰ ਕੋਈ ਮਸਲੇ ਬਾਰੇ ਗੱਲ ਕਰਨੀ ਚਾਹੁੰਦੇ ਤਾਂ ਆਖਰ ਦੇ ਵਿੱਚ ਕਹਿ ਸਕਦੇ। ਹਾਂ, ਮੈਂ ਬੇਨਤੀ ਇਹੀ ਕਰਨੀ ਚਾਹੁੰਦਾ, ਕਈ ਵੀਰਾਂ ਨੂੰ ਐਂ ਖਿਆਲ ਰਹਿੰਦਾ ਵਾ ਕਿ ਸ਼ਾਇਦ ਅਸੀਂ ਪਤਾ ਨਹੀਂ ਕਿੱਥੇ ਬੈਠੇ ਹਾਂ ਜੀ, ਅਸੀਂ ਬਹੁਤੀ ਸਰਗਰਮੀ ਚ ਨਹੀਂ ਆ। ਅਸੀਂ ਜਿੰਨਾ ਕੁ ਹੋ ਸਕਦਾ, ਦੇਖੋ ਮੈਂ ਸਿੰਘੂ ਬਾਰਡਰ ਤੇ ਵੀ ਗਿਆ, ਟਿੱਕਰੀ ਬਾਰਡਰ ਤੇ ਵੀ ਗਿਆ, ਅਸੀਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਡੀਕਲ ਸੇਵਾਵਾਂ ਤੇ ਕੈਂਪ ਵੀ ਲਾਏ, ਡਾਕਟਰ ਵੀ ਬਿਠਾਏ, ਦਵਾਈਆਂ ਵੀ ਜਿੰਨਾ ਕੁ ਹੋ ਸਕਦਾ, ਲੰਗਰਾਂ ਦੀ ਸੇਵਾ ਜਿੰਨਾ ਹੋ ਸਕਦਾ, ਜਦੋਂ ਜਦੋਂ ਜਿਸ ਚੀਜ਼ ਦੀ ਲੋੜ ਪੈਂਦੀ। ਉਦੋਂ 26 ਜਨਵਰੀ ਵੇਲੇ ਹਾਲਾਤ ਇੱਦਾਂ ਦੇ ਬਣੇ ਤੇ ਮੈਂ 29 ਜਨਵਰੀ ਨੂੰ ਆਪਣੇ ਵਿਚਾਰ ਦਿੱਤੇ, ਹੁਣ ਫਿਰ ਹਾਲਾਤ ਇੱਦਾਂ ਦੇ ਬਣ ਰਹੇ ਸੀ, ਤੇ 2-4 ਦਿਨ ਕੱਲ ਹੀ ਸ਼ਾਇਦ ਮੈਂ ਆਪਣੇ ਜਿਹੜੇ ਫਿਰ ਸਟੇਟਮੈਂਟ ਜਿਹੜੀ ਆ ਉਹ ਜਾਰੀ ਕੀਤੀ। ਸੋ ਸਮੇਂ ਅਨੁਸਾਰ ਲੋੜ ਅਨੁਸਾਰ ਜਿੰਨਾ ਕੁ ਹੁੰਦਾ ਓਨਾ ਅਸੀਂ ਕਰ ਰਹੇ ਹਾਂ, ਬਹੁਤਾ ਇਹ ਨਾ ਸਮਝਣ ਕਿ ਅਸੀਂ ਇਸ ਚੀਜ਼ ਨਾਲ ਜੁੜੇ ਨੇ, ਸਹੀ ਤਰੀਕੇ ਨਾਲ ਸਹੀ ਸਮੇਂ ਤੇ ਜਿਸ ਚੀਜ਼ ਦੀ ਲੋੜ ਆ ਗੁਰੂ ਦੀ ਕਿਰਪਾ ਦੇ ਨਾਲ ਉਸ ਪਾਸੇ ਅਸੀਂ ਆਪਣਾ ਪੱਖ ਜਿਹੜਾ ਤੇ ਆਪਣਾ ਹਿੱਸਾ ਜਿਹੜਾ ਯੋਗਦਾਨ ਆ ਉਹ ਜ਼ਰੂਰ ਪਾਉਂਦੇ ਹਾਂ। ਕਦੇ ਵੀ ਇਹੋ ਜਿਹਾ ਨਹੀਂ ਹਾਂ ਬਿਨਾਂ ਬਿਨਾਂ ਮਤਲਬ ਤੋਂ ਬੋਲੀ ਜਾਣਾ ਜਾਂ ਬਿਨਾਂ ਮਤਲਬ ਤੋਂ, ਹੁਣ ਜਿਹੜੇ ਉਹ ਯੂਨੀਅਨਾਂ ਦੇ ਆਗੂ ਉਹ ਵੀ ਨਹੀਂ ਚਾਹੁੰਦੇ ਉੱਥੇ ਕਿ ਜਿਹੜਾ ਹੈਗਾ ਕੋਈ ਇਸ ਤਰ੍ਹਾਂ ਬਹੁਤਾ ਜਿਹੜਾ ਹੈਗਾ ਉੱਥੇ ਗਲਬਾ ਹੋਵੇ ਜਾਂ ਧਾਰਮਿਕ ਆਗੂ ਉੱਥੇ ਆਉਣ। ਮੈਂ ਉੱਥੇ ਗਿਆ ਵਾਂ, ਜਿੰਨਾ ਕਿ ਠੀਕ ਹਾਜ਼ਰੀ ਜਿਹੜੀ ਸੀ ਅਸੀਂ ਲਾਈ ਆ, ਸੋ ਇਸ ਕਾਰਨ ਕਰਕੇ ਹਾਂਜੀ ਹਾਂਜੀ
ਹਾਂਜੀ, ਮੇਰਾ ਖਿਆਲ ਆਵਾਜ਼ ਜਹੇਦਾਰ ਜੀ ਕੱਟੀ ਗਈ ਆ। ਹੈਲੋ, ਨਹੀਂ, ਕਈ ਵੀਰ ਏਦਾਂ ਵੀ ਹਾਂਜੀ ਹੁੰਦੇ ਆ, ਨਾ ਗੱਲ ਵੇਖਦੇ ਆ, ਨਾ ਸੁਣਦੇ, ਨਾ ਪੜ੍ਹਦੇ, ਉਹਨਾਂ ਨੇ ਕਮੈਂਟ ਹੀ ਕਰਨਾ ਹੁੰਦਾ ਜਾਂ ਵਿਰੋਧੀ ਨੇ ਵਿਰੋਧ ਹੀ ਕਰਨਾ ਹੁੰਦਾ। ਉਸ ਤੋਂ ਸਾਨੂੰ ਸੰਗਤਾਂ ਨੂੰ ਚੇਤ ਰਹਿਣਾ ਚਾਹੀਦਾ। ਮੇਰੀ ਇਹੀ ਬੇਨਤੀ ਹੈ। ਸੋਸ਼ਲ ਮੀਡੀਆ ਦੇ ਵਿਚਾਰਾਂ ਜਿਹੜੀਆਂ ਸੰਗਤਾਂ ਨੇ ਦਿੱਤਾ, ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਜਹਿਦਾਰ ਜੀ। ਕਿ ਸਤਿਗੁਰ ਕਿਰਪਾ ਕਰਨ ਤੇ ਮੋਰਚਾ ਸਹੀ ਸਲਾਮਤ ਅਮਨ ਮਾਨ ਦੇ ਨਾਲ ਜਲਦੀ ਜਿਹੜਾ ਉਹ ਫਤਿਹ ਹੋ ਗਿਆ। ਬਹੁਤ ਬਹੁਤ ਮਿਹਰਬਾਨੀ ਸਮਾਂ ਦੇਣ ਲਈ। ਸਮਾਂ ਵੀ ਇੱਥੇ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਕਾਫੀ ਹੋ ਚੁੱਕਾ ਹੈ, ਤੇ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਆਵਾਜ਼ ਕੌਮ ਵੱਲੋਂ ਧੰਨਵਾਦ ਕੀਤਾ ਜਾਂਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਇਹ ਸਨ ਜਥੇਦਾਰ ਬਲਜੀਤ ਸਿੰਘ ਜੀ ਦਾਦੂਵਾਲ, ਜਿਨ੍ਹਾਂ ਦੇ ਨਾਲ ਆਪਾਂ ਵਿਚਾਰ ਵਟਾਂਦਰਾ ਕੀਤਾ, ਉਹਨਾਂ ਦੇ ਧਾਰਮਿਕ ਗਤੀਵਿਧੀਆਂ ਤੇ ਕਿਸਾਨ ਮੋਰਚੇ ਦੇ ਬਾਰੇ ਆਪਾਂ ਗੱਲਬਾਤ ਕੀਤੀ ਆ। ਪ੍ਰੋਗਰਾਮ ਦੌਰਾਨ ਹੋਈਆਂ ਗਲਤੀਆਂ ਮਾਫ਼ ਕਰਨੀਆਂ। ਮਿਲਦੇ ਹਾਂ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ। ਦੇਖਦੇ ਰਹੋ ਆਵਾਜ਼ ਕੌਮ ਟੀਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।